दर्शकों प्रोग्राम पक्ष के मसले बच्चे जी आखते हैं अज असी कोई पक्ष का मसला नहीं लैके आए अज गलबात करांगे उन्हां शहीदां दी जिन्हां दा कल शहीदी दिहाड़ा आ मतलब 6 जनवरी नूं आ रहा है जिहड़ा उन्हां दा शहीदी वरेगंढ आ रही है उन्हों उहदे संबंध विच प्रोग्राम करांगे। मेरी मुराद है शहीद भाई सतवंत सिंह जी अते शहीद भाई केर सिंह जी। तो इस तरह तुहानूं पता कि 31 अक्टूबर नूं शहीद भाई बेअंत सिंह भी शहीद हो गए सन लेकिन 6 जनवरी का दिन जिहड़ा इन्हां दो शहीदां मतलब भारत सरकार ने मतलब फांसी दे दित्ती सी ते इह दिन जिहड़ा 6 जनवरी नूं मनाया जांदा आ। ते अज दे प्रोग्राम दे विच साडे बहुत ही सत्कारयोग भाई सतवंत सिंह जी जिहड़े अमर शहीद भाई केर सिंह जी दे सुपुत्र हन उन्हां नाल आपां गलबात करांगे उन्हां दीआं यादां उन्हां दे पिता दीआं यादां जां उन्हां दीआं कोई निशानियां उन्हां दे संबंध दे विच वी गलबात करांगे ते कल जिहड़ा इह प्रोग्राम कित्थे मनाया जा रिहा की हो रिहा उहदे बारे वी गलबात करांगे। सब तो पहला जी आया आखते हैं वाहेगुरु जी का खालसा वाहेगुरू जी की फतेह जी फतेह। भाई सतवंत सिंह जी कल जरा शहीदी दिहाड़ा 6 जनवरी नूं आ रहा तुहाडे पिता जी का शहीद भाई सतवंत सिंह जी उन्हां दा जिस तरह उधर अगवान पिंड दे विच भी मनाया जाता तो इस तरह तुसीं दिल्ली च भी मना रहे हैं तो अज जिहड़ी गलबात आपां करांगे क्योंकि जिहड़ियां शहीद भाई केर सिंह जी उन्हां दीआं यादां उन्हां दे संबंध दे विच तुसीं इह दिन मना रहे हैं तो इन्ने साल बीत गया अज की सिचुएशन आ परिवार की किदां सारे हालात की आ उह सारी गलबात करांगे। सब तो पहले इह जानना चाहांगे कि दिल्ली दे विच जदों इह मतलब कांड इंदिरा गांधी नूं मारन दा होया इहदे विच तुहाडे पिता जी दा जिदां तुहानूं बाद दे विच जां पता लगा जां पहलां पता लगा की सी गल होई किदां इह जिहड़ी गल स्टार्ट होई। ਇਹ ਗੱਲ ਜੂਨ 84 ਤੋਂ ਸ਼ੁਰੂ ਹੋਈ ਜੀ। ਸਾਡੇ ਪਿਤਾ ਜੀ ਪਾਰਲੀਮੈਂਟ ਸਟਰੀਟ ਸਰਕਾਰੀ ਆਫਿਸ ਦੇ ਵਿੱਚ ਕੰਮ ਕਰਦੇ ਸੀ ਤੇ ਉਹ ਰੋਜ਼ ਪੈਰ ਲੰਚ ਵੇਲੇ ਗੁਰਦੁਆਰਾ ਬੰਗਲਾ ਸਾਹਿਬ ਦਰਸ਼ਨ ਕਰਨ ਜਾਇਆ ਕਰਦੇ ਸੀ। ਠੀਕ ਹੈ। ਤੇ ਉਹਨਾਂ ਦਿਨਾਂ ਦੇ ਵਿੱਚ ਸਾਡੇ ਕੋਲ ਮੀਡੀਆ ਸਿਰਫ ਦੂਰਦਰਸ਼ਨ ਹੀ ਹੁੰਦਾ ਸੀ ਤੇ ਉਹ ਕੁਛ ਦਿਖਾਉਂਦਾ ਨਹੀਂ ਸੀ ਪਰ ਲੋਕੀ ਉੱਥੇ ਗੁਰਦੁਆਰੇ ਦੀਆਂ ਪੌੜੀਆਂ ਤੇ ਕੋਈ ਮੈਗਜ਼ੀਨਾਂ ਦੀ ਕਟਿੰਗ ਜਾਂ ਕੋਈ ਹੋਰ ਅਖਬਾਰਾਂ ਦੀ ਕਟਿੰਗ ਉੱਥੇ ਲਗਾ ਜਾਂਦੇ ਸੀ ਤੇ ਉਸ ਤੋਂ ਪਤਾ ਚੱਲਦਾ ਸੀ ਵੀ ਉੱਥੇ ਜਿਹੜੀ ਓਪਰੇਸ਼ਨ ਬਲੂ ਸਟਾਰ ਦੇ ਵਿੱਚ ਜਿਹੜੀ ਤਬਾਹੀ ਹੋਈ ਹੈ ਕਿੱਦਾਂ ਉਹਨਾਂ ਨੇ ਅਕਾਲ ਤਖ਼ਤ ਨੂੰ ਢਹਿ ਢੇਰੀ ਕੀਤਾ ਕਿੱਦਾਂ ਉਹ ਸ਼ਹੀਦ ਹੋਏ ਉੱਥੇ ਆਪਣੇ ਜਿਹੜੇ ਸਿੰਘ ਉਹਨਾਂ ਦੀਆਂ ਫੋਟੋਆਂ ਇੱਕ ਫੋਟੋ ਬੜੀ ਪ੍ਰਚਲਿਤ ਸੀ ਉਹ ਇੱਕ ਪੀਲੇ ਕੱਪੜੇ ਜਸਤਾਰ ਦੇ ਵਿੱਚ ਸਿੰਘ ਸਾਹਿਬ ਬੈਠੇ ਨੇ ਉਹ ਉੱਦਾਂ ਦੀਆਂ ਫੋਟੋਆਂ ਉੱਥੇ ਲੱਗੀਆਂ ਉਹ ਸਾਨੂੰ ਆ ਕੇ ਦੱਸਦੇ ਸੀ ਫਿਰ ਅਸੀਂ ਵੀ ਕਈ ਵਾਰ ਚੱਕਰ ਲਗਾ ਕੇ ਉੱਥੇ ਦੇਖ ਕੇ ਆਉਂਦੇ ਸੀ ਹਾਂ ਜੀ ਉਹ ਵਾਕਈ ਉਹ ਫੋਟੋਆਂ ਲੱਗੀਆਂ ਹੁੰਦੀਆਂ ਸੀ ਦਰਬਾਰ ਸਾਹਿਬ ਦੀਆਂ। ਠੀਕ ਹੈ। ਉਹ ਉਦਾਸ ਜੇ ਰਹਿਣ ਲੱਗ ਗਏ ਕਿਉਂਕਿ ਉਹਨਾਂ ਨੂੰ ਦਿਲ ਦੇ ਵਿੱਚ ਬੜੀ ਉਹ ਠੇਸ ਜੀ ਲੱਗੀ ਵੀ ਸਾਡੇ ਅਕਾਲ ਤਖ਼ਤ ਦੇ ਉੱਤੇ ਇੰਨਾ ਬੜਾ ਹਮਲਾ ਕਰ ਦਿੱਤਾ ਤੇ ਉਹ ਗੁਰਬਾਣੀ ਨੂੰ ਮੰਨਣ ਵਾਲੇ ਸੀ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਉਹਨਾਂ ਨੇ ਨਿਤਨੇਮ ਕਰਨਾ ਤੇ ਗੁਰਦੁਆਰੇ ਮੱਥਾ ਟੇਕ ਕੇ ਫੇਰ ਆਪਣੇ ਆਫਿਸ ਜਾਂਦੇ। ਅੱਛਾ ਜੀ। ਇਹ ਮਤਲਬ ਉੱਥੇ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਘੱਲੂਘਾਰਾ ਜੂਨ 84 ਆ ਦਰਬਾਰ ਸਾਹਿਬ ਤੇ ਹਮਲਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਹਨਾਂ ਦੇ ਮਨ ਦੇ ਵਿੱਚ ਫਿਰ ਸ਼ਹੀਦ ਭਾਈ ਬੇਅੰਤ ਸਿੰਘ ਜੀ ਹੁਣਾਂ ਨਾਲ ਸਤਵੰਤ ਸਿੰਘ ਜੀ ਨਾਲ ਇਹ ਜਿੱਦਾਂ ਕਿਉਂਕਿ ਹੁਣ ਤਾਂ ਅਖਬਾਰਾਂ ਦੇ ਵਿੱਚ ਸਾਰਾ ਕੁਛ ਆ ਚੁੱਕਾ ਕਿੱਦਾਂ ਇਹ ਕਹਾਣੀ ਬਣੀ ਸਾਰਾ ਇਹ ਗੱਠਜੋੜ ਕਿੱਦਾਂ ਹੋਇਆ। ਦੇਖੋ ਜੀ ਅਸੀਂ ਤਾਂ ਉਹ ਛੋਟੇ ਹੁੰਦੇ ਸੀ ਉਸ ਵਕਤ 20-22 ਸਾਲ ਦੇ ਸਾਨੂੰ ਇੰਨਾ ਪਤਾ ਨਹੀਂ ਸੀ ਵੀ ਲੇਕਿਨ ਇਹ ਭਾਈ ਬੇਅੰਤ ਸਿੰਘ ਜੀ ਸਾਡੇ ਮਾਮੇ ਦੇ ਮੁੰਡੇ ਲੱਗਦੇ ਸੀ ਤੇ ਸਾਡੇ ਘਰ ਆਉਣਾ ਜਾਣਾ ਰਹਿੰਦਾ ਸੀ ਇਹਨਾਂ ਦਾ ਕਿਉਂਕਿ ਅਸੀਂ ਆਰਕੇਪੁਰ ਰਹਿੰਦੇ ਸੀ ਉਹ ਸ਼ੋਕਾ ਰੋਡ ਤੇ ਉਹ ਆਉਂਦੇ ਜਾਂਦੇ ਰਹਿੰਦੇ ਸੀ ਆਪਣੇ ਬੱਚਿਆਂ ਨੂੰ ਵੀ ਛੋੜ ਜਾਂਦੇ ਸੀ ਆਪਣੇ ਇੱਥੇ ਲੇਕਿਨ ਅਸੀਂ ਸਤਵੰਤ ਸਿੰਘ ਨੂੰ ਨੀ ਮਿਲੇ ਸੀ ਉਹਨਾਂ ਦੇ ਨੀ ਪਤਾ ਨੀ ਸੀ ਸਾਨੂੰ ਵੀ ਸਤਵੰਤ ਸਿੰਘ ਬਾਰੇ ਉਹਦਾ ਜਦ ਕੋਰਟ ਦੇ ਵਿੱਚ ਕੇਸ ਚੱਲਿਆ ਤਿਹਾੜ ਜੇਲ੍ਹ ਦੇ ਵਿੱਚ ਇੱਕ ਕੋਰਟ ਲੱਗਦੀ ਸੀ ਤਦ ਇਕੱਲਾ ਬਾਜੀ ਨਾਲ ਵੀ ਅਸੀਂ ਤਿਹਾੜ ਜੇਲ੍ਹ ਚ ਕਰਦੇ ਸੀ ਤਦ ਉਹਨਾਂ ਨੇ ਦੱਸਿਆ ਫਿਰ ਸਾਨੂੰ ਪਤਾ ਚੱਲਦਾ ਸੀ ਹਾਂਜੀ ਬੇਅੰਤ ਸਿੰਘ ਕਿਉਂ ਜ਼ਿਆਦਾ ਚੱਕਰ ਮਾਰਦੇ ਸੀ ਘਰ ਤੇ ਕਿਉਂ ਸਾਡੇ ਪਿਤਾ ਜੀ ਵੀ ਕਿਉਂ ਉਦਾਸ ਜਿਹੇ ਰਹਿੰਦੇ ਸੀ। ਹਾਂ ਤੇ ਤੁਹਾਨੂੰ ਜਿੱਦਾਂ ਮਤਲਬ ਬਾਅਦ ਦੇ ਵਿੱਚ ਪਤਾ ਲੱਗਾ ਜਾਂ ਜਿੱਦਾਂ ਅਸੀਂ ਅਖਬਾਰਾਂ ਦੇ ਵਿੱਚ ਬਾਹਰ ਬੈਠੇ ਹਨ ਵੀ ਵਿਦੇਸ਼ਾਂ 'ਚ ਵੀ ਪੜ੍ਹਿਆ ਕਿ ਹਾਂ ਇਹਨਾਂ ਨੇ ਜਿੱਦਾਂ ਮਤਲਬ ਪਹਿਲਾਂ ਤੁਹਾਡੇ ਪਿਤਾ ਜੀ ਤੇ ਸ਼ਹੀਦ ਭਾਈ ਬੇਅੰਤ ਸਿੰਘ ਜੀ ਉਹਨਾਂ ਨੇ ਜਿੱਦਾਂ ਤੁਸੀਂ ਦੱਸਿਆ ਤੁਹਾਡੇ ਮਾਮਾ ਜੀ ਦੇ ਲੜਕੇ ਸਨ ਇਹਨਾਂ ਨੇ ਪਹਿਲਾਂ ਸਭ ਤੋਂ ਪਹਿਲਾਂ ਇਹ ਸਕੀਮ ਬਣਾਈ ਮਤਲਬ ਤਿਆਰ ਕਰਨ ਲਈ ਬੜਾ ਮਤਲਬ ਕਿਸੇ ਬੰਦੇ ਨੂੰ ਕਿਸੇ ਪਾਸੇ ਤੋਰਨਾ ਏਡੀ ਵੱਡੀ ਪਟੀਸ਼ਨ ਤੇ
ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਆ, ਉਹਦੇ ਬਾਡੀਗਾਰਡ ਸਨ ਉਹ ਲੱਗੇ ਹੋਏ, ਸ਼ਹੀਦ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਜੀ, ਉਹਨਾਂ ਨੂੰ ਇਸ ਪਾਸੇ ਵੱਲ ਪ੍ਰੇਰਨਾ, ਮਤਲਬ ਬੜਾ ਔਖਾ ਹੋਊਗਾ ਜਦੋਂ ਉਹਨਾਂ ਨੇ ਕੀਤਾ ਹੋਊਗਾ ਇੱਦਾਂ। ਨਹੀਂ ਉਹ ਔਖਾ ਤਾਂ ਸੀ ਪਰ ਉਹ ਸਾਨੂੰ ਉਹਨਾਂ ਨੇ ਜਦ ਤਿਆੜ ਜੇਲ ਅਸੀਂ ਮਿਲਣ ਜਾਂਦੇ ਸੀ ਤਾਂ ਦੱਸਦੇ ਸੀ, ਕਹਿੰਦੇ ਵੀ ਮੈਂ ਬੜਾ ਉਦਾਸ ਜਿਹਾ ਰਹਿੰਦਾ ਸੀ ਵੀ ਇਹ ਕੰਮ ਕਿੱਦਾਂ ਹੋਏਗਾ। ਉਹ ਕਹਿੰਦੇ ਸੀ ਮੈਂ ਤਾਂ ਉਸ ਸਿਕਿਉਰਿਟੀ ਦੇ ਵਿੱਚ ਵੀ ਨਹੀਂ ਹੈਗਾ। ਅੱਛਾ, ਲੇਕਿਨ ਉਹਨਾਂ ਨੇ ਫਿਰ ਇੱਕ ਵਾਰ ਬੇਅੰਤ ਸਿੰਘ ਜੀ ਨਾਲ ਗੱਲ ਕੀਤੀ ਤੇ ਬੇਅੰਤ ਸਿੰਘ ਨੇ ਪਹਿਲੀ ਵਾਰ ਤਾਂ ਮਨਾ ਕਰਤਾ ਸੀ ਵੀ ਮੈਂ ਤਾਂ ਉਹਦਾ ਕੀ ਕਹਿੰਦੇ ਉਹਦੀ ਸਿਕਿਉਰਿਟੀ ਦੇ ਵਿੱਚ ਹੈ, ਮੈਨੂੰ ਇੰਨਾ ਮਾਣ ਸਤਿਕਾਰ ਮਿਲਦਾ ਹੈ। ਤੇ ਉਹ ਸਾਡੇ ਪਿਤਾ ਜੀ ਨੇ ਕਿਹਾ ਦੇਖੋ ਇਹ ਕੰਮ ਤਾਂ ਮੈਂ ਵੀ ਕਰ ਸਕਦਾ ਸੀ ਅਗਰ ਮੈਂ ਸਿਕਿਉਰਿਟੀ ਦੇ ਵਿੱਚ ਹੁੰਦਾ, ਪਰ ਇਹ ਕੰਮ ਤੁਸੀਂ ਤੂੰ ਹੀ ਕਰ ਸਕਦਾ ਹੈ ਤੇ ਤੂੰ ਇਸ ਵਕਤ ਉਹਦੇ ਨਾਲ ਰਹਿਣਾ ਹੈ ਤੇ ਤੂੰ ਆਪਣੇ ਦੇਖ ਲੈ ਵੀ ਫਿਰ ਵੀ ਕਿੱਦਾਂ ਅਕਾਲ ਤਖ਼ਤ ਨੂੰ ਢਹਿਢੇਰੀ ਕੀਤਾ। ਅੱਛਾ, ਤੇ ਅਗਸਤ ਦੇ ਮਹੀਨੇ ਦੇ ਵਿੱਚ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਜਦ ਇੰਗਲੈਂਡ ਫੇਰੀ ਤੇ ਵੀ ਆਇਆ ਸੀ ਤੇ ਵੀ ਅਗਸਤ ਦੇ ਪਹਿਲੇ ਵੀਕ ਦੇ ਵਿੱਚ ਨਾ ਗੁਰਦੁਆਰਾ ਮੋਤੀ ਬਾਗ ਸਾਹਿਬ ਇੱਥੇ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਜਿਹੜੇ ਅਕਾਲ ਤਖ਼ਤ ਦੇ ਜਥੇਦਾਰ ਰਹੇ ਹੈ ਉਹਨਾਂ ਦਾ ਕੀਰਤਨ ਹੋ ਰਿਹਾ ਸੀ। ਉਹ ਬੈਰਾਗਮਈ ਬੜਾ ਕੀਰਤਨ ਕਰਦੇ ਸੀ ਉਹਨਾਂ ਦਿਨਾਂ 84 ਦੇ ਵਿੱਚ। ਤੇ ਉਹਨਾਂ ਨੇ ਉਸ ਵਕਤ ਮੈਂ ਵੀ ਉੱਥੇ ਸੀ, ਭਾਈ ਬੇਅੰਤ ਸਿੰਘ ਜੀ, ਭਾਈ ਕੇਰ ਸਿੰਘ ਜੀ ਸਾਡੇ ਪਿਤਾ ਜੀ ਉਹ ਵੀ ਉੱਥੇ ਸੀਗੇ। ਤੇ ਉਹਨਾਂ ਨੇ ਕੀਰਤਨ ਕਰਦੇ ਇਹ ਕਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਰੱਖੜੀ ਦਾ ਤਿਉਹਾਰ ਆ ਰਿਹਾ ਜਿਹੜਾ ਹਿੰਦੁਸਤਾਨ ਚ ਮਨਾਇਆ ਜਾਂਦਾ ਹੈ, ਅੱਜ ਉਹ ਵੀ ਭੈਣਾਂ ਆਪਣੇ ਭਰਾਵਾਂ ਨੂੰ ਯਾਦ ਕਰ ਰਹੀਆਂ ਹੋਣਗੀਆਂ ਜਿਹਨਾਂ ਦੇ ਭਰਾ ਉਸ ਓਪਰੇਸ਼ਨ ਬਲੂ ਸਟਾਰ ਦੇ ਵਿੱਚ ਸ਼ਹੀਦ ਹੋ ਗਏ, ਜਿਹੜੇ ਫੜੇ ਹੋਏ ਆ ਅੰਦਰ ਜੇਲ੍ਹਾਂ ਚ ਪਏ ਆ। ਤੇ ਉਹ ਸਾਰੀ ਸੰਗਤ ਫਿਰ ਰੋ ਪਈ ਸੀ, ਸਾਰਿਆਂ ਦੀ ਅੱਖਾਂ ਚ ਆਸੂ ਆ ਗਏ ਸੀ ਤੇ ਉੱਥੇ ਬੇਅੰਤ ਸਿੰਘ ਜੀ ਦੇ ਵੀ ਅੱਖਾਂ ਚ ਆਸੂ ਆ ਗਏ। ਤੇ ਸਾਡੇ ਪਿਤਾ ਜੀ ਨੇ ਕਿਹਾ ਵੀ ਰੋ ਨਾ ਬੇਅੰਤ, ਵੀ ਅਸੀਂ ਕੁਛ ਕਰਾਂਗੇ। ਤੇ ਉਸ ਤੋਂ ਬਾਅਦ ਫਿਰ ਇਹ ਨਾਲ ਲੱਗ ਗਏ ਪਿਤਾ ਜੀ ਦੇ ਨਾਲ। ਠੀਕ, ਇਹਨਾਂ ਨੇ ਫਿਰ ਜਦ ਸਾਰੀਆਂ ਗੱਲਾਂ ਹੋ ਗਈਆਂ ਤੇ ਪਿਤਾ ਜੀ ਸਾਡੇ ਦੱਸਦੇ ਸੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਜਿਸ ਮਾਰਗ ਤੇ ਚੱਲਣ ਜਾ ਰਹੇ ਹੋ ਉਹ ਇੱਕ ਮੀਲ ਦਾ ਪੱਥਰ ਸਾਬਿਤ ਹੋਏਗਾ। ਤੁਸੀਂ ਪਹਿਲਾਂ ਪੂਰੇ ਗੁਰਸਿੱਖ ਬਣੋ, ਅੰਮ੍ਰਿਤ ਛਕੋ ਤੇ ਗੁਰੂ ਵਾਲੇ ਬਣੋ। ਠੀਕ ਹੈ, ਤਾਂ ਫਿਰ ਉਹਨਾਂ ਨੇ 14 ਅਕਤੂਬਰ ਨੂੰ 1984 ਨੂੰ ਅੰਮ੍ਰਿਤ ਪਾਨ ਕੀਤਾ ਗੁਰਦੁਆਰਾ ਸੈਕਟਰ 6 ਆਰ ਕੇ ਪੁਰਮ ਦੇ ਵਿੱਚ। ਹਾਂਜੀ, ਤੇ 17 ਤਰੀਕ ਨੂੰ ਬੀਬੀ ਬਿਮਲ ਕੌਰ ਖਾਲਸਾ ਜਿਹੜੀ ਪਹਿਲਾਂ ਬਿਮਲਾ ਨਾਮ ਸੀ ਉਹਦਾ, ਉਹਨੇ ਵੀ 17 ਤਰੀਕ ਨੂੰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਛਕਿਆ ਤੇ 20-21 ਤਰੀਕ ਨੂੰ ਦਰਬਾਰ ਸਾਹਿਬ ਦੇਖਣ ਗਏ ਵੀ ਇਹ ਕਿਤੇ ਫੋਟੋਆਂ ਝੂਠੀਆਂ ਤਾਂ ਨਹੀਂ, ਵੀ ਅਸੀਂ ਦਰਸ਼ਨ ਤਾਂ ਕਰਕੇ ਆਈਏ ਨਾਲੇ ਅਸੀਂ ਅਰਦਾਸ ਕਰਕੇ ਆਵਾਂਗੇ ਉੱਥੇ। ਤੇ ਉਹ ਉੱਥੇ ਦੇਖ ਕੇ ਆਏ ਵੀ ਉਹਨਾਂ ਦਾ, ਫਿਰ ਉੱਥੇ ਅਰਦਾਸ ਕਰਕੇ ਆਏ ਵੀ ਅਸੀਂ ਇਹ ਕੰਮ ਅਸੀਂ ਕਰਨਾ ਹੈ। ਤੇ ਭਾਈ ਸਤਵੰਤ ਸਿੰਘ ਨੇ 24 ਅਕਤੂਬਰ ਨੂੰ ਆਪਣੇ ਗੁਰਦੁਆਰਾ ਸੈਕਟਰ 6 ਆਰ ਕੇ ਪੁਰਮ ਉੱਥੇ ਅੰਮ੍ਰਿਤਪਾਨ ਕਰਕੇ ਔਰ 31 ਤਰੀਕ ਨੂੰ ਇਹਨਾਂ ਨੇ ਕੰਮ ਕਰ ਦਿੱਤਾ। ਔਰ ਸਾਨੂੰ ਕਿਸੇ ਬਾਹਰ ਦੇ ਕਿਸੇ ਇੱਕ ਵੀ ਬੰਦੇ ਨੂੰ ਕਿਸੇ ਨੂੰ ਖਬਰ ਨਹੀਂ ਸੀ। ਅੱਛਾ ਜੀ, ਤੇ ਉਸ ਤੋਂ ਬਾਅਦ ਆਪਣੇ ਜਦੋਂ ਇਹ ਕੰਮ ਸਾਰਾ ਮਤਲਬ ਹੋ ਗਿਆ, ਜਿੱਦਾਂ ਉਸ ਵੇਲੇ ਦੇ ਹਾਲਾਤ ਵੀ ਅਸੀਂ ਜਾਣਨਾ ਚਾਹਵਾਂਗੇ। ਅੱਜ ਜਿਹੜੇ ਸਾਡੇ ਮਤਲਬ ਦਰਸ਼ਕ ਆ, ਨੌਜਵਾਨੀ ਆ, ਜਿੱਦਾਂ ਉਹਨਾਂ ਨੂੰ ਜਿੱਦਾਂ ਤੁਸੀਂ ਕਿਹਾ ਤੁਸੀਂ ਉਦੋਂ 20-22 ਸਾਲ ਦੇ, ਤੁਹਾਨੂੰ ਨਹੀਂ ਸੀ ਬਹੁਤ ਗੱਲਾਂ ਦਾ ਪਤਾ। ਅੱਜ ਵੀ ਦੁਨੀਆਂ ਦੇ ਵਿੱਚ ਜਿਹੜੇ ਬਾਹਰ ਵੱਸਦੇ ਸਿੱਖ ਆ, ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਹੋਣਾ ਵੀ ਉਸ ਤੋਂ ਬਾਅਦ ਕੀ ਹੋਇਆ। ਤੇ ਜਦੋਂ ਤੁਹਾਡੇ ਮਤਲਬ ਇਹ ਸਾਰੀ ਜਿਹੜਾ ਇਹ ਕਾਂਡ ਹੋਇਆ ਵਾਪਰਿਆ ਇੰਦਰਾ ਗਾਂਧੀ ਨੂੰ ਮਾਰਨ ਦਾ, ਉਸ ਤੋਂ ਬਾਅਦ ਦੇ ਕੀ ਹਾਲਾਤ ਹੋਏ, ਤੁਹਾਡੇ ਪਰਿਵਾਰ ਨਾਲ ਕੀ ਵਾਪਰਿਆ, ਕੀ ਹੋਇਆ ਸਾਰਾ ਕੁਝ ਦੱਸੋ। ਉਹ 1984 ਦੇਖੋ ਜੀ, ਸਾਡੇ ਮੇਰੇ ਤੋਂ ਵੱਡੇ ਭਰਾ ਦੀ ਨਾ 11 ਨਵੰਬਰ ਦੀ ਮੈਰਿਜ ਸੀਗੀ। ਅੱਛਾ ਜੀ, ਉਹ ਸਾਡੇ ਪਿਤਾ ਜੀ ਨੇ ਉਸਦੀ ਵੀ ਪਰਵਾਹ ਨਾ ਕਰਦੇ ਹੋਏ ਕਾਰਡ ਸਭ ਛਪਵਾਏ ਸੀ, ਸਭ ਤਿਆਰੀਆਂ, ਬੇਅੰਤ ਸਿੰਘ ਨੇ ਉਸ ਬਰਾਤ ਵਾਸਤੇ ਬੱਸ ਵੀ ਬੁੱਕ ਕਰਵਾਈ ਹੋਈ ਸੀ। ਅੱਛਾ, ਲੇਕਿਨ ਉਹ 31 ਤਰੀਕ ਨੂੰ ਸਾਡੇ ਪਿਤਾ ਜੀ ਦੇ ਦਿਲ ਚ ਪਤਾ ਨੀ ਕੀ ਆਇਆ, ਉਹ ਛੁੱਟੀ ਕਰਕੇ ਬਹਿ ਗਏ, ਕਹਿੰਦੇ ਅੱਜ ਅਸੀਂ ਕਾਰਡ ਵੰਡਣ ਜਾਣਾ ਹੈ। ਤੇ ਉਹ ਵਿਕਾਸਪੁਰੀ ਉਹਨਾਂ ਦੀ ਮਾਸੀ ਰਹਿੰਦੀ ਸੀ ਸਾਡੀ, ਯਾਨੀ ਡੈਡੀ ਦੀ, ਤੇ ਉੱਥੇ ਕਹਿੰਦੇ ਅਸੀਂ ਪਹਿਲਾਂ ਕੰਮ ਉੱਥੇ ਤੋਂ ਸ਼ੁਰੂ ਕਰਦੇ। ਤੇ ਸਾਡੀ ਮਾਤਾ ਜੀ ਨੇ ਮਨਾ ਵੀ ਕੀਤਾ ਸੀ ਆਪਣੀ ਸੰਡੇ ਨੂੰ ਚਲੇ ਜਾਵਾਂਗੇ, ਕਹਿੰਦੇ ਨਹੀਂ ਅਸੀਂ ਅੱਜ ਹੀ ਕਰਨਾ। ਤੇ ਉਹ ਸਵੇਰੇ ਸਵੇਰੇ ਉਹ ਕਾਰਡ ਦੇਣ ਚਲੇ ਗਏ ਉੱਥੇ। ਤੇ ਉੱਥੇ 10 ਵਜੇ ਫਿਰ ਖਬਰ ਉਹਨਾਂ ਨੂੰ ਉੱਥੇ ਪਤਾ ਚੱਲੀ ਵੀ ਇਹ ਕੰਮ ਹੋ ਗਿਆ ਹੈ। ਤੇ ਫਿਰ ਫਟਾਫਟ ਘਰ ਆਉਣ ਦੀ ਡੈਡੀ ਕਰ ਰਹੇ ਸੀ, ਸਾਡੇ ਮਾਤਾ ਜੀ ਦੱਸਦੇ ਵੀ ਜਲਦੀ ਕਰੋ ਜਲਦੀ ਕਰੋ।
ਸ਼ਾਇਦ ਪਤਾ ਨੀ ਆਫਿਸ ਦੇ ਵਿੱਚ ਕੋਈ ਝਗੜਾ ਨਾ ਹੋ ਜਾਏ ਕੁਛ ਉਹ ਨਾ ਹੋ ਜਾਏ ਇਸ ਕਰਕੇ ਇਹਨਾਂ ਨੇ ਛੁੱਟੀ ਕਰ ਲਈ ਵੀ ਹਾਂ ਤੇ ਉਸ ਤੋਂ ਬਾਅਦ ਫਿਰ 31 ਤਰੀਕ ਨੂੰ ਸਭ ਠੀਕ ਸੀਗਾ ਸਾਡੇ ਅਸੀਂ ਆਰ ਕੇ ਪੁਰਮ ਚ ਰਹਿੰਦੇ ਸੀ ਕੋਈ ਇੰਨਾ ਯਾਨੀ ਲੋਕਾਂ ਨੂੰ ਪਤਾ ਨੀ ਹੁੰਦਾ ਸੀ ਸਾਰੇ ਸਰਕਾਰੀ ਮੁਲਾਜ਼ਮ ਰਹਿੰਦੇ ਸੀ ਠੀਕ ਹੈ ਤੇ 31 ਤਰੀਕ ਨੂੰ ਸਵੇਰੇ ਗੁਰਦੁਆਰਾ ਸੈਕਟਰ 9 ਦੇ ਵਿੱਚ ਸਾਡੇ ਪਿਤਾ ਜੀ ਜਿੱਥੇ ਰੋਜ਼ ਆਫਿਸ ਜਾਣ ਤੋਂ ਪਹਿਲਾਂ ਦਰਸ਼ਨ ਕਰਨ ਜਾਂਦੇ ਸੀ ਤੇ ਉੱਥੇ ਗਏ ਤੇ ਇਹਨਾਂ ਨੇ ਦੇਖਿਆ ਉੱਥੇ ਮੌਬ ਗੁਰਦੁਆਰੇ ਨੂੰ ਢਹਿ ਢੇਰੀ ਕਰ ਰਿਹਾ ਲੁੱਟ ਮਾਟ ਕਰ ਰਿਹਾ ਇਹਨਾਂ ਨੇ ਉਹਨਾਂ ਨੂੰ ਰੋਕਿਆ ਵੀ ਤੇ ਉਹ ਇਹਨਾਂ ਦੇ ਪਿੱਛੇ ਲੱਗ ਗਏ ਵੀ ਸਾਰੇ ਇੱਕਦਮ ਫਲੈਟਾਂ ਦੇ ਵਿੱਚ ਨਾ ਕਿਸੇ ਦੇ ਘਰ ਵੜ ਗਏ ਕਿਉਂਕਿ ਉੱਥੇ ਫਲੈਟ ਇੱਕੋ ਜਿਹੇ ਹੁੰਦੇ ਸੀ ਤਾਂ ਪਤਾ ਨੀ ਚੱਲ ਪਾਇਆ ਤੇ ਇਸ ਕਰਕੇ ਇਹਨਾਂ ਦਾ ਬਚਾਵ ਹੋ ਗਿਆ ਪਰ ਇਹਨਾਂ ਨੇ ਉਹਨਾਂ ਨੂੰ ਪਹਿਲਾਂ ਵੰਗਾਰਿਆ ਸੀ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ ਤੋੜ ਫੋੜ ਕਿਉਂ ਕਰ ਰਹੇ ਹੋ ਅੱਛਾ ਜੀ ਤੇ ਉਸ ਤੋਂ ਬਾਅਦ ਇਹ ਘਰ ਆ ਗਏ ਥੋੜੀ ਦੇਰ ਬਾਅਦ ਹੀ ਫਿਰ ਅਸੀਂ ਘਰ ਹੀ ਬੈਠੇ ਤੇ 2 ਤਰੀਕ ਨੂੰ ਪੁਲਿਸ ਆ ਗਈ ਜਿਪਸੀ ਆਪਣੀ ਗੱਡੀਆਂ ਤੇ ਸਾਡੇ ਪਿਤਾ ਜੀ ਨੂੰ ਔਰ ਸਾਡੇ ਮਾਤਾ ਜੀ ਨੂੰ ਲੈ ਗਏ ਕਹਿੰਦੇ ਅਸੀਂ ਇਨਕੁਆਇਰੀ ਕਰਨੀ ਹੈ ਅੱਛਾ ਇਹਨਾਂ ਨੂੰ ਉੱਥੇ ਜਮੁਨਾ ਦੇ ਕਿਨਾਰੇ ਯਮੁਨਾ ਵੈਲਡਰਮ ਇੱਕ ਜਗ੍ਹਾ ਹੈਗੀ ਹਾਂ ਉੱਥੇ ਇਹਨਾਂ ਨੂੰ ਲੈ ਕੇ ਉੱਥੇ ਰੱਖਿਆ ਸੀ ਤੇ ਇਹਨਾਂ ਨੂੰ 2 ਨਵੰਬਰ ਨੂੰ ਇਹਨਾਂ ਨੇ ਕੋਰਟ ਦੇ ਵਿੱਚ ਪੇਸ਼ ਕੀਤਾ ਇੱਕ ਮਹੀਨੇ ਇਹਨਾਂ ਨੇ ਆਪਣੇ ਕੋਲ ਰੱਖਿਆ ਪੁੱਛਤਾਛ ਕੀਤੀ ਟੋਰਚਰ ਕੀਤਾ ਸਾਡੇ ਮਾਤਾ ਜੀ ਵੀ ਉੱਥੇ ਹੀ ਸੀ ਉਹਨਾਂ ਨੂੰ ਵੀ ਪੁੱਛਤਾਛ ਕੀਤੀ ਖਾਣਾ ਨੀ ਦਿੰਦੇ ਸੀ ਚਾਹ ਪਾਣੀ ਕੁਛ ਨੀ ਦਿੰਦੇ ਸੀ ਸਾਡੇ ਪਿਤਾ ਜੀ ਨੂੰ ਤਾਂ ਸਿਰਫ ਖੜੇ ਰੱਖਦੇ ਸੀ ਸਾਰਾ ਦਿਨ ਤੇ ਮਾਤਾ ਜੀ ਨੂੰ ਵੀ ਕਿੰਨਾ ਚਿਰ ਰੱਖਿਆ ਫਿਰ ਉਹਨਾਂ ਨੇ ਇਦਾਂ ਹਿਰਾਸਤ ਦੇ ਵਿੱਚ 17 ਤਰੀਕ ਨੂੰ ਉਹਨਾਂ ਨੂੰ 17 ਤਰੀਕ ਤੱਕ ਰੱਖਿਆ 2 ਤਰੀਕ ਤੋਂ 15 ਦਿਨ ਯਾਨੀ 15-20 ਦਿਨ ਹਾਂਜੀ ਠੀਕ ਹੈ ਹਾਂ ਤੇ ਉਹਨਾਂ ਨੂੰ ਫਿਰ ਉੱਥੇ ਸਾਡਾ ਪਿੰਡ ਮਲੋਆ ਚੰਡੀਗੜ੍ਹ ਦੇ ਕੋਲ ਜਿੱਥੇ ਬੇਅੰਤ ਸਿੰਘ ਦਾ ਵੀ ਪਿੰਡ ਹੈ ਉੱਥੇ ਉਹਨਾਂ ਨੂੰ ਛੋੜਿਆ ਸੀ ਪੁਲਿਸ ਵਾਲੇ ਅੱਛਾ ਜੀ ਫਿਰ ਉੱਥੇ ਤੋਂ ਬੱਸ ਪਕੜ ਕੇ ਸਾਡੇ ਮਾਤਾ ਜੀ ਦਿੱਲੀ ਆਏ ਉਹਨਾਂ ਨੇ ਦੱਸਿਆ ਵੀ ਏਦਾਂ ਤੁਹਾਡੇ ਪਿਤਾ ਜੀ ਨੂੰ ਏਦਾਂ ਏਦਾਂ ਟੋਰਚਰ ਕਰਦੇ ਹੈ ਫਿਰ ਅਸੀਂ ਪਤਾ ਕੀਤਾ ਉਹ ਜਗ੍ਹਾ ਕਿੱਥੇ ਹੈ ਕੀ ਨਹੀਂ ਤੇ ਫਿਰ ਉਹ ਦੱਸਦੇ ਸੀ ਵੀ ਹੱਥ ਖੜੇ ਕਰਕੇ ਸਾਰਾ ਦਿਨ ਖੜਾ ਕਰਦੇ ਰੱਖਦੇ ਸੀ ਤੇ ਫਿਰ ਜਦ ਨੀਂਦ ਆਉਣ ਲੱਗਦੀ ਸੀ ਫਿਰ ਪੁੱਛਦੇ ਸੀ ਦੱਸੋ ਤੁਹਾਡੇ ਪਿੱਛੇ ਕਿਹੜੀਆਂ ਤਾਕਤਾਂ ਹੈ ਕਿਹੜੇ ਬੰਦੇ ਨੂੰ ਤੁਹਾਨੂੰ ਕਿਹਾ ਕਿਹੜੇ ਬੰਦੇ ਨੇ ਤੁਹਾਨੂੰ ਪੈਸੇ ਦਿੱਤੇ ਸਾਡੇ ਪਿਤਾ ਜੀ ਨੇ ਕਿਹਾ ਵੀ ਅਸੀਂ ਇਹ ਤੇ ਸਾਡੀ ਆਪਾਂ ਤਿੰਨਾਂ ਨੇ ਮਿਲ ਕੇ ਪ੍ਰੋਗਰਾਮ ਬਣਾਇਆ ਸੀ ਤੇ ਅਸੀਂ ਉਸ ਹਿਸਾਬ ਨਾਲ ਇਹ ਕੰਮ ਕੀਤਾ ਇਹਦੇ ਪਿੱਛੇ ਕੋਈ ਤਾਕਤ ਨਹੀਂ ਹੈ ਕੋਈ ਪੈਸਾ ਨਹੀਂ ਹੈ ਕੋਈ ਕੁਛ ਨਹੀਂ ਹੈ ਠੀਕ ਹੈ ਮਤਲਬ ਉਹਨਾਂ ਦੀ ਜਿਹੜੀਆਂ ਸਰਕਾਰਾਂ ਜਾਂ ਏਜੰਸੀਆਂ ਇਹ ਸੋਚਦੀਆਂ ਹੋਣੀਆਂ ਬਈ ਕੋਈ ਵੱਡੀ ਤਾਕਤ ਹੈ ਜਿਹਨਾਂ ਨੇ ਇਹ ਮਤਲਬ ਹਾਂਜੀ ਹਾਂਜੀ ਕਿਉਂਕਿ ਇੰਨਾ ਵੱਡਾ ਕੰਮ ਸੀਗਾ ਹਾਂ ਤੇ ਉਹਨਾਂ ਸਾਡੇ ਪਿਤਾ ਜੀ ਨੂੰ ਪਤਾ ਸੀ ਵੀ ਏਦਾਂ ਵੱਡਾ ਇਹ ਅਸੀਂ ਕੰਮ ਕਰ ਰਹੇ ਹਾਂ ਵੀ ਇੰਨੇ 84 ਦੇ ਰੋਇਟਸ ਹੋ ਜਾਣਗੇ ਦੰਗੇ ਹੋ ਜਾਣਗੇ ਤੇ ਕਤਲੇਆਮ ਹੋ ਜਾਏਗਾ ਜਿਹੜਾ ਵੀ ਉਹ ਸੋਚਦੇ ਸੀ ਵੀ ਚਲੋ ਵੀ ਬੇਅੰਤ ਔਰ ਸਤਵੰਤ ਸਿੰਘ ਨੂੰ ਉੱਥੇ ਮਾਰ ਦੇਣਗੇ ਸ਼ਹੀਦ ਕਰ ਦੇਣਗੇ ਤੇ ਮੈਨੂੰ ਉਮਰ ਕੈਦ ਜਾਂ ਕੋਈ ਸਜ਼ਾ ਹੋ ਜਾਏਗੀ ਉਹਨਾਂ ਨੂੰ ਇਹ ਨੀ ਪਤਾ ਸੀ ਵੀ ਇੰਨਾ ਬੜਾ ਇਨੀ ਜਿਹੜਾ ਕਤਲੇਆਮ ਹੋਇਆ ਉਹ ਹੋ ਜਾਏਗਾ ਹਾਂਜੀ ਇਹ ਵੀ ਨੀ ਸੀ ਪਤਾ ਵੀ ਜਿੱਦਾਂ ਘਟਨਾ ਮਤਲਬ ਜਿੱਡੀ ਵੱਡੀ ਸਰਕਾਰ ਨੇ ਜਾਂ ਇੰਦਰਾ ਗਾਂਧੀ ਨੇ ਕੀਤੀ ਸੀ ਤੇ ਉਹ ਵੀ ਕੋਈ ਛੋਟੀ ਗੱਲ ਨਹੀਂ ਸੀਗੀ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕਰਨਾ ਉਹਦੇ ਨਾਲ ਵੀ ਹਰੇਕ ਸਿੱਖ ਦਾ ਜਿਹੜਾ ਹਿਰਦਾ ਬਲੂੰਦਰਿਆ ਗਿਆ ਸੀਗਾ ਤੇ ਪਰ ਉਸ ਤੋਂ ਬਾਅਦ ਜਿੱਦਾਂ ਤੁਸੀਂ ਗੱਲ ਕਹੀ ਹੈ ਵੀ ਇਹ ਲੋਕੀ ਜਿੱਦਾਂ ਇਸ ਭੁਲੇਖੇ ਚ ਵੀ ਰਹਿ ਬਈ ਇਹ ਤਾਂ ਜਾਣ ਬੁੱਝ ਕੇ ਜਿਹੜਾ ਕਤਲੇਆਮ ਤੁਸੀਂ ਦੱਸਦੇ ਨਾ 1-2-3 ਜਾਂ 4 ਤਰੀਕ ਤੱਕ 7 ਤਰੀਕ ਤੱਕ ਵੀ ਚੱਲਦਾ ਰਿਹਾ ਤੁਸੀਂ ਕਿਹਾ ਆਪਣੇ ਸਤਵੰਤ ਸਿੰਘ ਜੀ ਕਿ ਤੁਹਾਡੇ ਮਾਤਾ ਜੀ ਨੂੰ ਮਲੋਆ ਪਿੰਡ ਛੱਡ ਆਏ ਸੀ ਕਿ ਜਦੋਂ ਕਿ ਦਿੱਲੀ ਦੇ ਵਿੱਚ ਉਹਨਾਂ ਨੂੰ ਪੁੱਛਗਿੱਛ ਲਈ ਫੜਿਆ ਸੀ ਮਲੋਆ ਪਿੰਡ ਕਿਉਂ ਛੱਡਿਆ ਹੈ ਦਿੱਲੀ ਕਿਉਂ ਨਹੀਂ ਛੱਡਿਆ ਇਹ ਨੀ ਪਤਾ ਉਹਨੇ ਤਾਂ ਸਾਡੇ ਮਾਤਾ ਜੀ ਨੇ ਪੁੱਛਿਆ ਹੋਏਗਾ ਤੁਸੀਂ ਕਿੱਥੇ ਤੇ ਉਹਨਾਂ ਨੇ ਕਿਹਾ ਹੋਏਗਾ ਮਲੋਆ ਇਸ ਕਰਕੇ ਉੱਥੇ ਛੱਡਿਆ ਜਾਂ ਉਹਨਾਂ ਨੂੰ ਪੁੱਛਗਿੱਛ ਲਈ ਪੰਜਾਬ ਤਾਂ ਨਹੀਂ ਲੈ ਕੇ ਗਏ ਹੋਗੇ ਨਹੀਂ ਪੰਜਾਬ ਹੋਰ ਕਿਤੇ ਨੀ ਲੈ ਕੇ ਗਏ ਅੱਛਾ ਸਿਰਫ ਦਿੱਲੀ ਛੱਡਿਆ ਚਲੋ ਜਿਸ ਤਰ੍ਹਾਂ ਹੁਣ ਕਿੰਨੇ ਸਾਲ ਹੋ ਗਏ ਆਪਣੇ ਜਿਹੜੇ 19ਵੀਂ ਬਰਸੀ ਮਨਾ ਰਹੇ ਜਿਹੜੀ ਉਹਨਾਂ ਦਾ ਆਪਣਾ ਸ਼ਹੀਦੀ ਦਿਹਾੜਾ ਅਸੀਂ ਕੱਲ 32ਵੀਂ ਮਨਾਵਾਂਗੇ ਅਸੀਂ ਹਾਂਜੀ
ਕੀ ਪ੍ਰੋਗਰਾਮ ਆ ਕੱਲ ਦਾ ਜਿੱਦਾਂ ਜਿਹੜਾ ਤੁਸੀਂ ਹੁਣ ਦਿੱਲੀ ਦੇ ਵਿੱਚ ਲਿਖਿਆ ਜਿਹੜਾ ਪੰਜਾਬ ਦੇ ਵਿੱਚ ਤਾਂ ਪਿੰਡ ਅਗਵਾਨ ਦੇ ਵਿੱਚ ਵੀ ਹੋ ਰਿਹਾ ਪ੍ਰੋਗਰਾਮ ਜਿਹੜਾ ਸਾਡਾ ਪਿੰਡ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਆਉਂਦਾ ਪਟਿਆਲੇ ਆ ਪਟਿਆਲਾ ਫਤਿਹਗੜ੍ਹ ਸਾਹਿਬ ਦੇ ਵਿੱਚ ਜਿੱਥੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਉਸ ਤੋਂ ਥੋੜਾ ਜਿਹਾ ਅੱਗੇ ਬੱਸੀ ਦੇ ਵਿੱਚ ਮੁਸਤਫਾਬਾਦ ਸਾਡਾ ਪਿੰਡ ਹੈ ਅੱਛਾ ਜੀ ਠੀਕ ਹੈ ਅਸੀਂ 2005 ਤੱਕ ਉੱਥੇ ਹੀ ਮਨਾਉਂਦੇ ਸੀਗੇ ਠੀਕ ਹੈ ਪਰ ਅਸੀਂ ਸੋਚਿਆ ਵੀ ਕਿਉਂ ਨਾ ਅਸੀਂ ਤਾਂ ਦਿੱਲੀ ਰਹਿੰਦੇ ਹਾਂ ਵੀ ਦਿੱਲੀ ਦੇ ਵਿੱਚ ਹੀ ਮਨਾਈ ਜਾਏ ਵੀ ਦੁਨੀਆਂ ਨੂੰ ਪਤਾ ਚੱਲੇ ਦੇਖੋ ਜੀ ਵੀ ਦਿੱਲੀ ਦੇ ਵਿੱਚ ਰਹਿ ਕੇ ਵੀ ਸ਼ਹੀਦ ਪਰਿਵਾਰ ਉਹਨਾਂ ਨੂੰ ਯਾਦ ਕਰਦੇ ਆ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਦਿੱਲੀ ਚ ਮਨਾਉਂਦੇ ਗੁਰਦੁਆਰਾ ਮੋਤੀ ਬਾਗ ਮਨਾ ਰਹੇ ਹਾਂ 2005 ਤੋਂ ਬਾਅਦ ਅੱਛਾ ਜੀ ਪਰ ਜਦ 2013 ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਥੇਦਾਰ ਮਨਜੀਤ ਸਿੰਘ ਦੀ ਅਗਵਾਈ ਦੇ ਵਿੱਚ ਜਦ ਕਮੇਟੀ ਬਣੀ ਤਾਂ ਮੈਂ ਇਹਨਾਂ ਕੋਲ ਬੇਨਤੀ ਕਰਕੇ ਆਇਆ ਸੀ ਵੀ ਹੁਣ ਤੇ ਆਪਣੀ ਕਮੇਟੀ ਹੈਗੀ ਹੈ ਵੀ ਹੁਣ ਤਾਂ ਸਾਨੂੰ ਬੜੇ ਦਰਬਾਰ ਹਾਲ ਦੇ ਵਿੱਚ ਸਾਨੂੰ ਮਨਾਉਣ ਦਿਆ ਕਰੋ ਅਸੀਂ ਤਾਂ ਪਹਿਲਾਂ ਛੋਟੇ ਜਿੱਥੇ ਗੁਰਦੁਆਰਾ ਛੋਟਾ ਗੁਰਦੁਆਰਾ ਤੀਰ ਸਾਹਿਬ ਉੱਥੇ ਅਸੀਂ ਘਰ ਘਰ ਬੰਦੇ ਮਨਾਉਂਦੇ ਸੀ ਤੇ ਫਿਰ ਇਹਨਾਂ ਨੇ ਕਮੇਟੀ ਦੇ ਆਦੇਸ਼ ਕਰ ਦਿੱਤਾ ਵੀ ਇੱਥੇ ਹੁਣ ਹਰ ਸਾਲ ਮਨਾਇਆ ਜਾਏਗੀ ਤੇ ਜਦ ਤੋਂ ਹੀ ਇਹ ਕੀ ਕਹਿੰਦੇ ਅਸੀਂ ਹੁਣ ਗੁਰਦੁਆਰਾ ਮੋਤੀ ਬਾਗ ਬੜੇ ਹਾਲ ਦੇ ਵਿੱਚ ਦਿੱਲੀ ਕਮੇਟੀ ਦੇ ਸਹਿਯੋਗ ਨਾਲ ਉੱਥੇ ਮਨਾਉਂਦੇ ਇਹ ਕੀ ਪ੍ਰੋਗਰਾਮ ਹੈ ਕੱਲ ਦਾ ਜਿੱਦਾਂ ਜਦੋਂ ਕਿਸ ਤਰ੍ਹਾਂ ਮਨਾ ਰਹੇ ਹੋ ਕੱਲ ਦਾ ਅਸੀਂ ਖੰਡ ਪਾਠ ਉੱਥੇ ਚੱਲ ਰਹੇ ਹੈਗੇ ਤੇ ਕੱਲ ਭੋਗ ਪੈ ਗਏ ਉਸ ਤੋਂ ਬਾਅਦ ਫਿਰ ਕੀ ਕਹਿੰਦੇ ਕੀਰਤਨ ਦਰਬਾਰ ਹੈ ਢਾਡੀ ਜਥਾ ਹੈਗਾ ਤੇ ਹੋਰ ਜਿਹੜੇ ਵੀ ਪਤਵੰਤੇ ਸੱਜਣ ਆਏ ਨੇ ਉਹਨਾਂ ਨੂੰ ਪਾਪਾ ਜੀ ਦੀ ਅਰਦਾਸ ਦੇ ਵਿੱਚ ਉਹ ਆਪਣੇ ਵਿਚਾਰ ਰੱਖ ਕੇ ਫਿਰ ਉਸ ਤੋਂ ਬਾਅਦ ਗੁਰੂ ਕਾ ਲੰਗਰ ਹੈਗਾ ਅਸੀਂ ਠੀਕ ਹੈ ਤੇ ਆਪਣੇ ਸਤਵੰਤ ਸਿੰਘ ਜੀ ਜਿੱਦਾਂ ਤੁਸੀਂ ਕਿਹਾ ਵੀ ਤੁਹਾਡੇ ਅੱਖਾਂ ਦੇ ਮੋਹਰ ਦੀ ਸਾਰਾ ਕੁਛ ਲੰਘਿਆ ਜਦੋਂ ਤੁਸੀਂ ਤੁਹਾਡੇ ਪਿਤਾ ਜੀ ਜੇਲ੍ਹ ਦੇ ਵਿੱਚ ਸੀ ਸਤਵੰਤ ਸਿੰਘ ਨਾਲ ਵੀ ਮੁਲਾਕਾਤ ਹੁੰਦੀ ਰਹੀ ਆ ਕੋਈ ਜਿਹੜੀਆਂ ਉਹਨਾਂ ਦੀਆਂ ਯਾਦਗਾਰੀ ਜਿੱਦਾਂ ਗੱਲਾਂ ਜਿਹੜੀਆਂ ਉਹਨਾਂ ਤੁਹਾਡੇ ਨਾਲ ਕਰਦੇ ਰਹੇ ਜਾਂ ਤੁਹਾਨੂੰ ਕਹਿੰਦੇ ਰਹੇ ਬਈ ਕੀ ਕਰਨਾ ਚਾਹੀਦਾ ਆ ਤੇ ਉਹ ਤੁਸੀਂ ਸੰਗਤਾਂ ਨਾਲ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨੀਆਂ ਚਾਹੋਗੇ ਉੱਥੇ ਅਸੀਂ ਕੋਰਟ ਕੇ ਵੀ ਤਿਹਾੜ ਜੇਲ੍ਹ ਦੇ ਵਿੱਚ ਹੀ ਲੱਗਦੀ ਸੀ ਤੇ ਅਸੀਂ ਉੱਥੇ ਕੀ ਕਹਿੰਦੇ ਜਦ ਕਈ ਵਾਰ ਬ੍ਰੇਕ ਜਾਂ ਮਿਲਦਾ ਸੀ ਤੇ ਅਸੀਂ ਬਾਹਰ ਆਉਂਦੇ ਸੀ ਵਾਸ਼ਰੂਮ ਵੱਲ ਤੇ ਉੱਥੇ ਸਾਡੇ ਪਿਤਾ ਜੀ ਨਾਲ ਵੈਸੇ ਤਾਂ ਮਿਲਣ ਨਹੀਂ ਦਿੰਦੇ ਸੀ ਪਰ ਜਦ ਥੋੜਾ ਜਿਹਾ ਟਾਈਮ ਹੁੰਦਾ ਸੀ ਤਦ ਉਹ ਆਪਣੇ ਜਿਹੜਾ ਉਹਨਾਂ ਨੇ ਬੁਲੇਟ ਪਰੂਫ ਬਣਾਇਆ ਹੋਇਆ ਸੀ ਉਹਨਾਂ ਵਾਸਤੇ ਕੋਰਟ ਦੇ ਤਿਹਾੜ ਜੇਲ੍ਹ ਦੇ ਵਿੱਚ ਹੀ ਬੁਲੇਟ ਪਰੂਫ ਉਹ ਕੇਬਿਨ ਬਣਾਇਆ ਸੀ ਉਹ ਚੋਂ ਨਿਕਲ ਕੇ ਫਿਰ ਉਹ ਵਾਸ਼ਰੂਮ ਵੱਲ ਆਉਂਦੇ ਸੀ ਤੇ ਅਸੀਂ ਉਹਨਾਂ ਨੇ ਫਿਰ ਜੱਫੀ ਜੁੱਫੀ ਵੀ ਪਾ ਲੈਂਦੀ ਸੀ ਭਾਈ ਸਤਵੰਤ ਸਿੰਘ ਨਾਲ ਵੀ ਆਪਣੇ ਪਿਤਾ ਜੀ ਨਾਲ ਵੀ ਤੇ ਉੱਥੇ ਸਤਵੰਤ ਸਿੰਘ ਨੇ ਇੱਕ ਦਿਨ ਮੈਨੂੰ ਦਿਖਾਇਆ ਸੀ ਕਹਿੰਦਾ ਸਤਵੰਤ ਇਹ ਦੇਖ ਮੇਰੇ ਇੱਥੇ ਪਿੱਠ ਦੇ ਵਿੱਚ ਗੋਲੀ ਫਸੀ ਹੋਈ ਹੈ ਹੱਥ ਲਗਾ ਕੇ ਉਹਨੂੰ ਮੈਨੂੰ ਦਿਖਾਇਆ ਸੀ ਕਹਿੰਦਾ ਇਹ ਦੇਖ ਇਹ ਕੱਟੀ ਨੀ ਇਹਨਾਂ ਨੇ ਮੈਨੂੰ ਤਰਪਾਨ ਵਾਸਤੇ ਰੱਖੀ ਹੋਈ ਅੱਛਾ ਹਾਂਜੀ ਤੇ ਉਹ ਅਖੀਰ ਤੱਕ ਉਹਨਾਂ ਦੇ ਨਾਲ ਹੀ ਗਈ ਗੋਲੀ ਹੋਈ ਕਿ ਅਖਬਾਰਾਂ 'ਚ ਇੱਦਾਂ ਆਇਆ ਸੀ ਕਿ ਉਹਨਾਂ ਨੇ ਖੁਰਚ ਖੁਰਚ ਕੇ ਗੋਲੀ ਕੱਢ ਦਿੱਤੀ ਸੀ ਬਾਪੂ ਤ੍ਰਿਲੋਕ ਸਿੰਘ ਜੀ ਨੇ ਦੱਸਿਆ ਸੀ ਵੀ ਉਹਨੇ ਆਪਣੀ ਕੁੱਛ ਕੇ ਆਪਣੀ ਕੱਢ ਦਿੱਤੀ ਤੇ ਸਾਨੂੰ ਦੇ ਦਿੱਤੀ ਸੀ ਉਹ ਅਗਵਾਨ ਪਿੰਡ ਅਜੇ ਵੀ ਪਈ ਹੈਗੀ ਹੈ ਉਹਨਾਂ ਦੇ ਕੋਲ ਕਈ ਵਾਰ ਹੱਥ ਦੇ ਉੱਤੇ ਦਿਖਾਉਂਦੇ ਹੁੰਦੇ ਅਸੀਂ ਕਈ ਵਾਰ ਦਰਸ਼ਨ ਕਰਕੇ ਆਏ ਹਾਂ ਅੱਛਾ ਅੱਛਾ ਹਾਂਜੀ ਜਿਸ ਤਰ੍ਹਾਂ ਉਹਨਾਂ ਨੇ ਆ ਗੋਲੀ ਹੋਰ ਵੀ ਨਿਸ਼ਾਨੀਆਂ ਭਾਈ ਸਤਵੰਤ ਸਿੰਘ ਦੀਆਂ ਉੱਥੇ ਦਿਖਾਈਆਂ ਜਾਂਦੀਆਂ ਉਹਨੀ ਰੱਖੀਆਂ ਉੱਥੇ ਸਾਂਭ ਕੇ ਤੁਹਾਡੇ ਪਿਤਾ ਜੀ ਦੀਆਂ ਕੋਈ ਨਿਸ਼ਾਨੀਆਂ ਜਿਹੜੀਆਂ ਮਤਲਬ ਤੁਹਾਡੇ ਕੋਲ ਆ ਜਾਂ ਤੁਸੀਂ ਜਿੱਦਾਂ ਹੁਣ ਟੀਵੀ ਤੇ ਵੀ ਜੇ ਸੰਗਤਾਂ ਨੂੰ ਦਰਸ਼ਨ ਕਰਾਉਣੀਆਂ ਚਾਹੁੰਦੇ ਆ ਤੇ ਤੁਸੀਂ ਦਿਖਾ ਸਕਦੇ ਕੀ ਆ ਤੁਹਾਡੇ ਕੋਲ ਆਪਣੇ ਪਿਤਾ ਜੀ ਦੀਆਂ ਕਿਉਂਕਿ ਸਾਡੇ ਦਿਲ ਦੇ ਵਿੱਚ ਤਮੰਨਾ ਹੈ ਵੀ ਉਹਨਾਂ ਦੀ ਕੋਈ ਯਾਦਗਾਰ ਬਣੇ ਜਿਹਦੇ ਵਿੱਚ ਅਸੀਂ ਉਹਨਾਂ ਦਾ ਸਮਾਨ ਰੱਖ ਸਕੀਏ ਮੈਂ ਬੜੇ ਸੰਭਾਲ ਕੇ ਰੱਖੀਆਂ ਹੋਈਆਂ ਚੀਜ਼ਾਂ ਹੈਗੀਆਂ ਇਹ ਛੋਟਾ ਜਿਹਾ ਪਰਸ ਹੈਗਾ ਹਾਂ ਇਹ ਉਹ ਅਗਰ ਛੋਟੇ ਛੋਟੇ ਚੱਲਦੇ ਹੁੰਦੇ ਸੀ ਇਹਦੇ ਵਿੱਚ ਕੀ ਕਹਿੰਦੇ 35 50 ਤੇ 10 60 61 ਪੈਸੇ ਪਏ ਆ ਇੱਕ ਪੈਸਾ ਵੀ ਪਿਆ ਔਰ ਪੁਰਾਣੇ ਨੋਟ ਪਏ ਆ ਉਹਨਾਂ ਦੇ ਜਿਹੜੇ ਬਟੂਏ ਦੇ ਵਿੱਚ ਸੀਗੇ ਠੀਕ ਹੈ ਦਿਖਾਣਾ ਇਹ 100 ਦਾ ਹੈਗਾ ਹਾਂ ਇਹ 10 ਦਾ ਹੈਗਾ ਠੀਕ ਹੈ ਠੀਕ ਜਿਹੜੇ ਪੁਰਾਣੇ ਸੀਗੇ ਇਹ 5 ਦਾ ਨੋਟ ਉਹਨਾਂ ਦੇ ਬਟੂਏ ਚੋਂ ਨਿਕਲਿਆ ਸੀ ਜਦੋਂ ਫਿਰ ਕੋਰਟ ਨੇ ਸਾਨੂੰ ਬਾਅਦ ਚ ਦੇ ਦਿੱਤੇ ਸੀ ਇੱਕ ਇਹ ਲੈਟਰ ਹੈਗਾ ਉਹਨਾਂ ਦਾ ਜਿਹੜਾ ਉਹਨਾਂ ਨੇ ਆਪਣੇ ਸਾਡੇ ਫੁੱਫੜ ਜੀ ਨੂੰ ਲਿਖਿਆ ਸੀ ਵੀ ਕਿਸ ਤਰ੍ਹਾਂ ਇੰਦਰਾ ਨੇ ਇੰਨਾ ਕੰਮ ਕੀਤਾ ਵੀ ਕਿਉਂਕਿ ਸਾਡਾ ਭਤੀਜਾ ਵੀ ਇੱਕ 12 ਜੂਨ ਨੂੰ ਹੋਇਆ ਸੀ ਤੇ ਉਹਨਾਂ ਨੇ ਲਿਖ
ਇੰਨੀ ਸਾਨੂੰ ਖੁਸ਼ੀ ਸੀ ਵੀ ਪਹਿਲਾ ਪੋਤਾ ਸਾਡੇ ਘਰ ਆਇਆ ਪਰ ਉਹ ਜੋ ਖੁਸ਼ੀ ਨੀ ਮਨਾ ਸਕਦੇ ਕਿਉਂਕਿ ਉਹਨਾਂ ਨੇ ਦਰਬਾਰ ਸਾਹਿਬ ਤੇ ਕਿੱਦਾਂ ਅਟੈਕ ਕੀਤਾ ਹੈਗਾ ਤੇ ਘੜੀ ਹੈਗੀ ਉਹਨਾਂ ਦੀ ਜਿਹੜੀ ਉਹ ਬੰਨਦੇ ਸੀ ਆਪਣੇ ਹੱਥ ਦੇ ਉੱਤੇ ਐਚ ਐਮ ਟੀ ਦੀ ਟਾਈਟਲ ਘੜੀ ਹੈਗੀ ਹੈ ਜਨਤਾ ਐਚ ਐਮ ਟੀ ਲੋਹੇ ਦੀ ਪਲੇਟ ਨੀ ਦਿੰਦੇ ਸੀ ਇਹ ਪਲਾਸਟਿਕ ਦੀ ਜੋ ਉਹਨਾਂ ਨੂੰ ਖਾਣਾ ਦਿੰਦੇ ਸੀ ਇਹ ਮੈਂ ਸੰਭਾਲ ਕੇ ਰੱਖੀਆਂ ਹੋਈਆਂ ਠੀਕ ਹੈ ਤੇ ਸਤਵੰਤ ਸਿੰਘ ਜੀ ਜਿਹੜਾ ਲੈਟਰ ਤੁਸੀਂ ਪੜਿਆ ਹੋਣਾ ਜਿੱਦਾਂ ਹੁਣ ਤਾਂ ਚਲੋ ਸਾਰਾ ਨਹੀਂ ਪੜ ਸਕਦੇ ਆਪਾਂ ਇਹਦੇ ਚ ਮੇਨ ਹੈ ਮਤਲਬ ਕੀ ਉਹਨਾਂ ਨੇ ਜਿੱਦਾਂ ਜਿਹੜਾ ਲਿਖਿਆ ਜਿਹਦਾ ਜਿੱਦਾਂ ਆਪਾਂ ਮਤਲਬ ਹੋ ਸਕਦਾ ਬਹੁਤ ਗੱਲਾਂ ਕੀਤੀਆਂ ਉਹਨਾਂ ਨੇ ਲੇਕਿਨ ਇਹ ਤਾਂ ਉਹਨਾਂ ਦੀਆਂ ਮਤਲਬ ਜਿਹੜੀਆਂ ਯਾਦਾਂ ਜਾਂ ਉਹਨਾਂ ਦੇ ਮਨ ਦੀ ਗੱਲ ਲਿਖੀ ਆ ਕੀ ਆ ਮੇਨ ਉਹਨਾਂ ਨੇ ਲਿਖਿਆ ਉਹਦੇ ਚ ਇਹਨਾਂ ਨੇ ਸਾਡੇ ਕੀ ਕਹਿੰਦੇ ਫੁੱਫੜ ਜੀ ਲੁਧਿਆਣੇ ਰਹਿੰਦੇ ਸੀ ਸਰਦਾਰ ਜਗੀਰ ਸਿੰਘ ਜੀ ਉਹਨਾਂ ਨੇ ਲਿਖਿਆ ਸੀ ਸਾਡੇ ਘਰ ਪੋਤਰੇ ਦਾ ਜਨਮ ਹੋਇਆ ਹੈ ਛੋਟੇ 12 ਪਰ ਉਹ ਸਾਨੂੰ ਬੜੀ ਖੁਸ਼ੀ ਸੀ ਪਰ ਉਹ ਸਭ ਖੁਸ਼ੀ ਜਿਦਾਂ ਅਕਾਲ ਤਖ਼ਤ ਦੇ ਉੱਤੇ ਹਮਲਾ ਹੋਇਆ ਇਹਦੀ ਦੁੱਖ ਹੋ ਕੇ ਸਾਨੂੰ ਬੜੀ ਅਸੀਂ ਉਹ ਇੰਨੀ ਖੁਸ਼ੀ ਮਨਾ ਨਹੀਂ ਤੇ ਇਹਦੇ ਪੂਰਾ ਇੰਦਰਾ ਦਾ ਲਿਖਿਆ ਵੀ ਇੰਦਰਾ ਪਾਪੜ ਨੇ ਕਿੱਦਾਂ ਉੱਤੇ ਤਬਾਹੀ ਕੀਤੀ ਸੀ ਕਿੱਦਾਂ ਟੈਂਕਾਂ ਚੜਾਏ ਸੀ ਤੋਪਾਂ ਦਾ ਸਾਡੇ ਅਕਾਲ ਤਖ਼ਤ ਨੂੰ ਬਰਬਾਦ ਢਹਿ ਢੇਰ ਕੀਤਾ ਸੀ ਠੀਕ ਹੈ ਤੇ ਜਿੱਦਾਂ ਤੁਸੀਂ ਇਹ ਤਾਂ ਹੋ ਗਈਆਂ ਉਹਨਾਂ ਦੀਆਂ ਯਾਦਾਂ ਜਦੋਂ ਆਪਾਂ ਮੁੜ ਕੇ ਉੱਥੇ ਆਉਂਦੇ ਹਾਂ ਵਾਪਸ ਕਿ ਤੁਹਾਡੇ ਪਰਿਵਾਰ ਚ ਜਿੰਨੇ ਤੁਸੀਂ ਭੈਣ ਭਰਾ ਕਿੰਨੇ ਸੀਗੇ ਤੇ ਕਿੱਦਾਂ ਕੀ ਕੀ ਵਾਪਰਿਆ ਤੁਹਾਡੇ ਨਾਲ ਜਿਹੜਾ ਤੁਸੀਂ ਅੱਜ ਸਾਂਝਾ ਕਰਨਾ ਚਾਹੁੰਦੇ ਸਾਡੇ ਅਸੀਂ 5 ਭਰਾ ਤੇ 2 ਭੈਣਾਂ ਸੀਗੀਆਂ ਇੱਕ ਭੈਣ ਸਾਡੀ ਵਿਆਹੀ ਹੋਈ ਹੈ ਪਟਿਆਲੇ ਤੇ ਅਸੀਂ ਉਸ ਵਕਤ ਇੱਥੇ ਆਪਣੇ 4 ਭਰਾ ਔਰ ਇੱਕ ਭੈਣ ਔਰ ਰਹਿੰਦੇ ਸੀ ਤੇ ਪਾਪਾ ਜੀ ਔਰ ਬੀਜੀ ਤੇ ਵੱਡੇ ਭਾਈ ਸਾਹਿਬ ਸਾਡੇ ਉਹ ਸਾਡੇ ਕੋਲ ਹੀ ਸੈਕਟਰ 5 ਭਾਈ ਰਜਿੰਦਰ ਸਿੰਘ ਜੀ ਉਹ ਆਪਣੇ ਪਰਿਵਾਰ ਉੱਤੇ ਉਹਨਾਂ ਨੂੰ ਸਰਕਾਰੀ ਮਕਾਨ ਮਿਲਿਆ ਸੀ ਉਹ ਉੱਥੇ ਰਹਿੰਦੇ ਸੀ ਅੱਛਾ ਜੀ ਤੇ ਉਸ ਤੋਂ ਬਾਅਦ ਜਦ ਇਹਨਾਂ ਦਾ ਕੰਮ ਹੋ ਗਿਆ ਇੰਦਰਾ ਦਾ ਤੇ ਉਸ ਤੋਂ ਬਾਅਦ ਜਦ ਰਾਇਟਸ ਨੀ ਕਤਲਿਆ ਹੋਣ ਲੱਗ ਗਿਆ ਤੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਸਾਨੂੰ ਕਿਸੇ ਹਿੰਦੂ ਪਰਿਵਾਰ ਨੇ ਆਪਣੇ ਘਰ ਰੱਖ ਲਿਆ ਸੀ ਲੇਕਿਨ ਬਾਅਦ ਚ ਉੱਥੇ ਅਨਾਉਂਸਮੈਂਟ ਹੋਣ ਲੱਗੀਆਂ ਵੀ ਜਿਹਨਾਂ ਨੇ ਵੀ ਸਿੱਖਾਂ ਨੂੰ ਛੁਪਾਇਆ ਅਸੀਂ ਉਹਨਾਂ ਦੇ ਘਰਾਂ ਦੇ ਉੱਤੇ ਵੀ ਹਮਲੇ ਕਰਾਂਗੇ ਤੇ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਸਾਡੀਆਂ ਵੀ ਮਾਵਾਂ ਭੈਣਾਂ ਘਰ ਹੈਗੀਆਂ ਬੱਚੀਆਂ ਵੀ ਸਾਡੇ ਉੱਤੇ ਅਟੈਕ ਹੋ ਜਾਏ ਤੇ ਉਹਨਾਂ ਨੇ ਫੋਨ ਕਰਕੇ ਪੁਲਿਸ ਨੂੰ ਉੱਥੇ ਪਹੁੰਚਾ ਦਿੱਤਾ ਸੀ ਗੁਰਦੁਆਰਾ ਮੋਤੀ ਬਾਗ ਅੱਛਾ ਏਦਾਂ ਹੀ ਭਾਈ ਰਜਿੰਦਰ ਸਿੰਘ ਨਾਲ ਵੀ ਹੋਈ ਆ ਉਹਨਾਂ ਨੂੰ ਵੀ ਥੋੜੇ ਦਿਨ ਆਪਣੇ ਘਰ ਰੱਖਿਆ ਹੋਇਆ ਹਿੰਦੂ ਫੈਮਿਲੀਆਂ ਨੇ ਲੇਕਿਨ ਬਾਅਦ ਚ ਉਹਨਾਂ ਨੂੰ ਵੀ ਫੋਨ ਕਰਕੇ ਉੱਥੇ ਗੁਰਦੁਆਰਾ ਮੋਤੀ ਬਾਗ ਉਹਨਾਂ ਨੂੰ ਪਹੁੰਚਾ ਦਿੱਤਾ ਜਦ ਉੱਥੇ ਹਾਲਾਤ ਠੀਕ ਹੋ ਗਏ ਦਿੱਲੀ ਚ ਫਿਰ ਉਹ ਵਾਪਿਸ ਅਸੀਂ 10 ਤਰੀਕ ਨੂੰ ਆਪਣੇ ਘਰਾਂ ਚ ਫੇਰ ਆ ਗਏ ਅੱਛਾ ਮਤਲਬ ਜਿਹੜੇ 4-5 ਦਿਨ ਜਦੋਂ ਤੁਸੀਂ ਪਹਿਲੀ ਵਾਰੀ ਸਾਰੇ ਇੱਕ ਦੂਸਰੇ ਨੂੰ ਵਿਛੜ ਗਿਆ ਸੀ ਜਾਂ ਇਕੱਠੇ ਰਹੇ ਨਹੀਂ ਇਕੱਠੇ ਰਹੇ ਸੀ ਅਸੀਂ ਸਾਡੇ 2 ਕਮਰੇ ਦਾ ਉੱਥੇ ਫਲੈਟ ਸੀਗਾ ਪਰ ਅਸੀਂ ਸਾਰੇ ਰਾਤ ਨੂੰ ਇੱਕੋ ਹੀ ਕਮਰੇ ਚ ਸੌਂਦੇ ਸੀ ਸਾਰੇ ਇੱਕ ਕੋਈ ਗੱਲ ਹੋ ਜਾਵੇ ਤਾਂ ਤੁਸੀਂ ਸੁਚੇਤ ਰਹੋ ਸਤਵੰਤ ਸਿੰਘ ਜੀ ਜਿੱਦਾਂ ਹੁਣ ਤਾਂ ਬਹੁਤ ਲੰਮਾ ਸਾਲ ਜਿੱਦਾਂ ਤੁਸੀਂ ਕਿਹਾ ਵੀ 32 ਸਾਲ ਹੋ ਗਏ ਨਾ ਹਾਂਜੀ ਤੇ 32 ਸਾਲ ਦਾ ਸਮਾਂ ਲੰਘ ਜਾਣਾ ਮਤਲਬ ਜਿਹੜੀਆਂ ਉਹ ਯਾਦਾਂ ਮਤਲਬ ਜੋ ਪਿਤਾ ਨੇ ਉਹਨਾਂ ਦੇ ਨਾਲ ਜਿੱਦਾਂ ਤੁਹਾਨੂੰ ਬੱਚਿਆਂ ਨੂੰ ਬਚਪਨ ਚ ਖੜਾਇਆ ਹੁੰਦਾ ਸਾਰੀਆਂ ਅੱਖਾਂ ਮੋਹਰੇ ਜਿੱਦਾਂ ਪਿਕਚਰ ਦੀ ਤਰ੍ਹਾਂ ਘੁੰਮਦੀਆਂ ਆ ਤੇ ਯਾਦਾਂ ਜਿਹੜੀਆਂ ਕਦੀ ਖਤਮ ਨਹੀਂ ਹੋਣੀਆਂ ਭਾਵੇਂ ਜਿੰਨੇ ਮਰਜ਼ੀ ਸਾਲ ਬੀਤ ਜਾਣ ਤੇ ਅੱਜ ਤੁਸੀਂ ਜਦੋਂ ਮਤਲਬ ਆਹ ਦਿਨ ਆਉਂਦੇ ਆ ਫਿਰ ਕਿਸ ਤਰ੍ਹਾਂ ਉਹਨਾਂ ਨੂੰ ਇੱਕ ਤਾਂ ਤੁਸੀਂ ਪ੍ਰੋਗਰਾਮ ਕਰਾਉਂਦੇ ਹੋਰ ਕਿਸ ਤਰ੍ਹਾਂ ਯਾਦ ਕਰਦਾ ਪਰਿਵਾਰ ਉਹਨਾਂ ਨੂੰ ਦੇਖੋ ਜੀ ਉਹ ਤਾਂ ਸਾਡੇ ਦਿਲ ਚ ਵਸੇ ਹੋਏ ਆ ਮੇਰੇ ਮੋਬਾਈਲ ਦੇ ਵਿੱਚ ਵੀ ਉਹਨਾਂ ਦੀ ਫੋਟੋ ਹੈ ਮੇਰੇ ਬਟੂਏ ਦੇ ਵਿੱਚ ਵੀ ਉਹਨਾਂ ਦੀ ਫੋਟੋ ਹੈ ਉਹ ਅਸੀਂ ਭੁੱਲ ਨਹੀਂ ਸਕਦੇ ਕਿਉਂਕਿ ਜਦ ਉਹ 2 ਤਰੀਕ ਨੂੰ ਸਾਡੇ ਕੋਲ ਲੈ ਕੇ ਗਏ ਸੀ ਤੇ ਉਹ ਪੁਲਿਸ ਵਾਲੇ ਕਹਿੰਦੇ ਆ ਵੀ 2-4 ਦਿਨ ਦੇ ਵਿੱਚ ਇਹਨਾਂ ਨੂੰ ਇਨਵੈਸਟੀਗੇਸ਼ਨ ਕਰਕੇ ਛੱਡ ਦਾਂਗੇ ਫਿਰ 1 ਮਹੀਨਾ ਫਿਰ 2 ਮਹੀਨਾ ਫਿਰ 1.5 ਸਾਲ 2 ਸਾਲ 3 ਸਾਲ ਉੱਥੇ ਕਹਿੰਦੇ ਸੀ ਚਲੋ ਅਸੀਂ ਸੋਚਿਆ ਸੀ ਸ਼ਾਇਦ ਬਰੀ ਵੀ ਹੋ ਜਾਣਗੇ ਪਰ ਨਹੀਂ ਫਿਰ ਉਹਨਾਂ ਨੂੰ 89 ਦੇ ਵਿੱਚ ਫਾਂਸੀ ਤੇ ਚੜਾ ਦਿੱਤਾ ਸੀ ਤੇ ਉਹਨਾਂ ਨੂੰ ਸਾਨੂੰ ਅਸੀਂ ਬਾਹਰ ਖੜੇ ਗੇਟ ਦੇ ਕੋਲ ਅਸੀਂ ਫਰਿਆਦ ਕਰਦੇ ਰਹੇ ਵੀ ਸਾਨੂੰ ਅੰਦਰ ਜਾਣ ਦੋ 8-7 ਵਜੇ ਦੇ ਸਵੇਰੇ ਖੜੇ ਸੀ
लेकिन 8 बजे उत्थे जद उन्होंने फांसी देती अंदरों जकारिया की आवाज आ रही थी, जो उत्थे कैदी है उन्होंने जकारे लगाए तो सानू पता चल गया भी उन्होंने फांसी हो गई है। हाँ असीं फिर भी उन्हां अगे अरदास कीती सानू अंदर मिलन दो, सानू उन्हां असीं संस्कार वास्ते उन्हां दे लैके जाना है, पर उन्होंने सानू संस्कार भी नहीं करन दिता, आपे ही उन्होंने अंदर कर दिता संस्कार। ਤੇ अच्छा ਸਾਨੂੰ ਕਹਿੰਦੇ ਤੁਸੀਂ ਜਾਓ, ਅਸੀਂ 2:12-1 ਵਜੇ ਅਸੀਂ ਘਰ ਆ ਕੇ ਗੁਰਦੁਆਰਾ ਮੋਤੀ ਬਾਗ ਅਸੀਂ ਅਰਦਾਸਾਂ ਨਹੀਂ ਪਾਠ ਕਰਨਾ ਸ਼ੁਰੂ ਕਰ ਦਿੱਤਾ। ਇਹ ਮਤਲਬ ਜਿਹੜੀਆਂ ਉਹਨਾਂ ਦੀਆਂ ਮ੍ਰਿਤਕ ਸਰੀਰ ਸੀਗੇ ਫਾਂਸੀ ਤੋਂ ਬਾਅਦ ਉਹ ਵੀ ਪਰਿਵਾਰਾਂ ਦੇ ਹਵਾਲੇ ਨਹੀਂ ਕੀਤੇ ਗਏ ਉੱਥੇ ਮਤਲਬ ਨਹੀਂ ਅਸੀਂ ਬਹੁਤ ਉੱਥੇ 100-200 ਬੰਦਾ ਇਕੱਠਾ ਸੀ ਪਰਲੇ ਪਾਸੇ, ਭਾਈ ਸਤਵੰਤ ਸਿੰਘ ਦੇ ਪਿਤਾ ਜੀ ਬਾਪੂ ਤੇ ਲੋਕ ਸਿੰਘ ਜੀ ਉਹਨਾਂ ਦੇ ਪਰਿਵਾਰ ਵਾਲੇ ਖੜੇ ਸੀ, ਕਿਸੇ ਨੂੰ ਜਾਣ ਨਹੀਂ ਦਿੱਤਾ ਨਾ ਸਾਨੂੰ ਉਹਨਾਂ ਦੀਆਂ ਡੈਡ ਬੋਡੀਆਂ ਦਿੱਤੀਆਂ। ਤੇ ਕਹਿੰਦੇ ਫਿਰ ਬਾਅਦ ਪਤਾ ਚੱਲੇ ਉਹਨਾਂ ਦਾ ਸੰਸਕਾਰ ਉਹਨਾਂ ਨੇ ਅੰਦਰ ਹੀ ਕਰ ਦਿੱਤਾ ਉੱਥੇ। ਤੇ ਰਾਤ ਨੂੰ 10-11 ਵਜੇ ਸਭ ਪੁਲਿਸ ਵਾਲੇ ਆਏ ਸੀ ਗੁਰਦੁਆਰਾ ਮੋਤੀ ਬਾਗ, ਕਹਿੰਦੇ ਵੀ ਤੁਸੀਂ ਤੁਹਾਡੇ ਘਰ ਚੋਂ ਕੋਈ 2 ਜਣੇ ਚੱਲੋ ਸਾਡੇ ਨਾਲ, ਉਹ ਅੱਛਾ ਉਹਨਾਂ ਦੀਆਂ ਅਸਥੀਆਂ ਪ੍ਰਵਾਨ ਹਰਿਦੁਆਰ ਲੈ ਕੇ ਜਾਣਾ। ਅੱਛਾ ਤੇ ਉਹ ਵੀ ਅਲੱਗ ਅਲੱਗ ਜੀਪਾਂ ਚ ਸਾਡੇ ਜਿਹੜੇ 2 ਇੱਕ ਭਾਈ ਰਜਿੰਦਰ ਸਿੰਘ ਔਰ ਭਾਈ ਹਰਦੀਪ ਸਿੰਘ ਇਹਨਾਂ ਨੂੰ ਅਲੱਗ ਅਲੱਗ ਲੈ ਗਏ ਸੀ। ਤੇ ਉੱਥੇ ਹਰਿਦੁਆਰ ਉੱਥੇ ਇਹਨਾਂ ਦੇ ਜਿਹੜੇ ਫੁੱਲ ਸੀਗੇ ਹਾਂ ਉਹ ਉੱਥੇ ਇਹਨਾਂ ਨੇ ਉਹਦੇ ਵਿੱਚ ਮਤਲਬ ਜਿਹੜੇ ਫੁੱਲ ਜਿੱਦਾਂ ਉਹ ਆਪਾਂ ਕੀਰਤਪੁਰ ਸਾਹਿਬ ਤਾਰਦੇ ਹਾਂ ਉੱਥੇ ਨਹੀਂ ਜਾਣ ਦਿੱਤਾ, ਹਰਿਦੁਆਰ ਲੈ ਕੇ ਗਏ ਆ। ਤੇ ਇਸ ਤਰ੍ਹਾਂ ਹੀ ਭਾਈ ਸਤਵੰਤ ਸਿੰਘ ਦਾ ਵੀ ਇਸ ਤਰ੍ਹਾਂ ਹੀ ਹੋਇਆ ਹੋਊਗਾ। ਹਾਂ ਉਹਨਾਂ ਦੇ ਵੀ ਬਾਪੂ ਤੇ ਲੋਕ ਸਿੰਘ ਨੂੰ ਲੈ ਆਏ ਸੀ ਜੀਪ ਦੇ ਵਿੱਚ ਵੀ, ਓਦਾਂ ਹੀ ਓਦਾਂ ਵੀ ਉਹਨਾਂ ਨੂੰ ਹਰਿਦੁਆਰ ਲੈ ਗਏ ਉਹਨਾਂ ਨੂੰ ਉੱਥੇ। ਫਿਰ ਉਹਨਾਂ ਨੇ ਵੀ ਇਕੱਠੇ ਫੁੱਲ ਹਰਿਦੁਆਰ ਰਾਤ ਦੇ ਪਤਾ ਨੀ ਸਵੇਰ ਦੇ ਹਨੇਰੇ ਦੇ ਵਿੱਚ ਉਹਨਾਂ ਨੇ ਪ੍ਰਵਾਨ ਕੀਤੇ ਸੀ। ਮਤਲਬ ਜਿਹੜਾ ਆਪਾਂ ਇਹ ਕਹਿ ਦਈਏ ਕਿ ਜਦੋਂ ਬੰਦਾ ਮਤਲਬ ਜੀਂਦਾ ਵੀ ਹੈ ਨੀਗਾ ਉਹਦੀਆਂ ਜਿਹੜੀਆਂ ਅੰਤਿਮ ਰਸਮਾਂ ਜਿਹੜੀਆਂ ਪਰਿਵਾਰ ਨੇ ਕਰਨੀਆਂ ਹੁੰਦੀਆਂ ਉਹ ਵੀ ਮਤਲਬ ਇਜਾਜ਼ਤ ਨਹੀਂ ਮਿਲੀ, ਉਹ ਵੀ ਇਜਾਜ਼ਤ ਨਹੀਂ ਮਿਲੀ ਅੰਤਿਮ ਰਸਮਾਂ ਕਰਨ ਵਾਸਤੇ। ਹਾਂਜੀ ਹਾਂ ਤੇ ਜਦੋਂ ਇੱਦਾਂ ਦੀਆਂ ਗੱਲਾਂ ਮਨ ਦੇ ਵਿੱਚ ਆਉਂਦੀਆਂ ਵੀ ਚਲੋ ਠੀਕ ਆ ਜੇ ਉਹਨਾਂ ਨੇ ਕੋਈ ਜਿਹੜੀ ਗੱਲ ਕੀਤੀ ਆ ਉਹਦੀ ਸਜ਼ਾ ਵੀ ਦੇਤੀ ਤੁਸੀਂ ਫਾਂਸੀ ਵੀ ਚੜ੍ਹਾ ਦਿੱਤਾ, ਪਰ ਉਸ ਤੋਂ ਬਾਅਦ ਜਿਹੜੀਆਂ ਧਾਰਮਿਕ ਤੌਰ ਤੇ ਮਤਲਬ ਜਿਹੜਾ ਰਸਮ ਬਣੀ ਹੋਈ ਆ ਉਹ ਤੇ ਪਰਿਵਾਰ ਨੂੰ ਕਰ ਲੈਣ ਦੇਣੀ ਚਾਹੀਦੀ ਸੀ। ਨਹੀਂ ਉਹਨਾਂ ਨੇ ਇੱਕ ਪਲੀ ਲਗਾਈ ਸੀ ਵੀ ਕਿਤੇ ਇਹਨਾਂ ਦਾ ਕੀ ਕਹਿੰਦੇ ਰੱਥ ਯਾਤਰਾ ਵਾਂਗੂ ਕੋਈ ਏਦਾਂ ਇਹ ਕਰਨ ਨਾ ਵੀ ਕਿਤੇ, ਇਸ ਕਰਕੇ ਉਹਨਾਂ ਨੇ ਉਹਨਾਂ ਨੂੰ ਕਿਉਂਕਿ ਡਰ ਸੀਗਾ, ਕਿਉਂਕਿ ਗੁਰਦੁਆਰਾ ਮੋਤੀ ਬਾਗ ਵੀ ਬਹੁਤ ਸੰਗਤ ਇਕੱਠੀ ਹੋਈ ਹੋਈ ਸੀ ਉਸ ਦਿਨ, ਅੱਛਾ ਜਿਸ ਦਿਨ ਉਹਨਾਂ ਨੂੰ ਸਾਰਿਆਂ ਨੂੰ ਪਤਾ ਚੱਲੇ ਵੀ ਅੱਜ ਫਾਂਸੀ ਹੋਣੀ ਹੈ, ਤੇ ਉਹਨਾਂ ਨੂੰ ਇਹ ਡਰ ਸੀ ਵੀ ਕਿਤੇ ਕਿਤੇ ਕਿਸੇ ਬੱਸ ਜਾਂ ਕਿਸੇ ਟਰੱਕ ਦੇ ਉੱਤੇ ਸਜਾ ਕੇ ਨਾ ਲੈ ਕੇ ਜਾ ਲੈਣ, ਇਸ ਕਰਕੇ। ਤੇ ਜਿੱਦਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵੀ ਇਹ ਦਿਨ ਜਿੱਦਾਂ ਕੌਮੀ ਤੌਰ ਤੇ ਮਨਾਇਆ ਜਾਂਦਾ ਉੱਥੇ ਅਰਦਾਸ ਹੁੰਦੀ ਆ, ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਆ, ਅਗਵਾਨ ਦੇ ਵਿੱਚ ਵੀ ਮਨਾਇਆ ਜਾਂਦਾ। ਤੁਸੀਂ ਕਿਹਾ ਵੀ ਪਹਿਲਾਂ ਤੁਸੀਂ ਉੱਥੇ ਪਿੰਡ ਮੁਸਤਫਾਬਾਦ ਉੱਥੇ ਮਨਾਉਂਦੇ ਸੀਗੇ ਤੇ ਹੁਣ ਦਿੱਲੀ 'ਚ ਮਨਾਉਣਾ ਸ਼ੁਰੂ ਕੀਤਾ ਆ, ਤੇ ਮਨ ਦੇ ਵਿੱਚ ਆਉਂਦਾ ਆ ਵੀ ਕੋਈ ਇਹਨਾਂ ਸ਼ਹੀਦਾਂ ਦੀ ਯਾਦ ਜਿਹੜੀ ਆ ਜਿੱਦਾਂ ਤੁਹਾਡੇ ਮਨ ਦੇ ਵਿੱਚ ਵੀ ਦਿੱਲੀ 'ਚ ਬਣੇ ਜਾਂ ਇੱਥੇ ਵੀ ਬਣਾਈ ਜਾਵੇ। ਮੇਰੇ ਮਨ ਚ ਤਾਂ ਬਹੁਤ, ਮੈਂ ਤਾਂ ਚਿੱਠੀਆਂ ਵੀ ਲਿਖੀਆਂ ਜਿੰਨੇ ਵੀ ਜਥੇਦਾਰ ਆਏ ਆ 89 ਤੋਂ ਬਾਅਦ, ਪਰ ਉਹ ਕਿਸੇ ਨੇ ਸੁਣਵਾਈ ਨਹੀਂ। ਮੈਂ ਗੁਰਬਚਨ ਸਿੰਘ ਜੀ ਨਾਲ ਵੀ ਗੱਲ ਕੀਤੀ ਸੀ, ਮੈਂ ਕਿਹਾ ਇਹਨਾਂ ਦੀ ਯਾਦਗਾਰ ਬਣਨੀ ਚਾਹੀਦੀ ਹੈ ਵੀ ਜਿੱਦਣ ਉੱਥੇ ਆਪਣੇ ਅਕਾਲ ਤਖ਼ਤ ਦੇ ਨਾਲ ਉਹ ਸ਼ਹੀਦਾਂ ਦੀ ਯਾਦਗਾਰ ਬਣੀ ਹੈ, ਇਹਨਾਂ ਦੀ ਵੀ ਜਿੱਦਾਂ ਪਿੱਛੇ ਭਾਈ ਗੁਰਬਖਸ਼ ਸਿੰਘ ਜੀ ਦੀ ਬਣੀ ਹੈ, ਬਾਬਾ ਦੀਪ ਸਿੰਘ ਜੀ ਦੀ ਬਣੀ ਹੈ, ਵੀ ਇਹਨਾਂ ਦੀ ਵੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਵਾਸਤੇ ਬਦਲਾ ਲਿੱਤਾ ਵੀ ਇਹਨਾਂ ਦੀ ਵੀ ਇੱਕ ਛੋਟਾ ਜਿਹਾ, ਮੈਂ ਤਾਂ ਕਿਹਾ ਸੀ ਕੋਈ ਕਮਰਾ ਹੀ ਦੇ ਦੋ ਕੋਈ ਛੋਟਾ ਜਿਹਾ, ਅਸੀਂ ਕਮ ਸੇ ਕਮ ਆ ਕੇ ਸਾਲ ਚ ਜਦ ਵੀ ਆਈਏ ਮਹੀਨੇ ਚ ਤੇ ਅਸੀਂ ਉੱਥੇ ਬਹਿ ਕੇ ਅਸੀਂ ਅਰਦਾਸ ਤਾਂ ਕਰ ਸਕੀਏ। ਉਹ ਬਸ ਇਹ ਕਹਿੰਦੇ ਕਰਾਂਗੇ ਕਰਾਂਗੇ ਕਰਾਂਗੇ, ਅੱਜ ਤੱਕ ਕੋਈ ਨੀ ਸੁਣਵਾਈ ਹੋਈ। ਤੇ ਹੁਣ ਵੀ ਆਪਣੇ ਜਿਹੜੇ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਹੈ ਉਹਨਾਂ ਨਾਲ ਵੀ ਗੱਲ ਆਈ ਸੀ, ਉਹ ਕਹਿ ਰਹੇ ਸੀ ਤੁਸੀਂ ਮੈਨੂੰ ਮਿਲਣਾ ਕਿਸ ਦਿਨ ਆ ਕੇ ਫਿਰ ਵਿਚਾਰ ਕਰਾਂਗੇ। ਤੇ ਮੈਂ ਸਮਝ ਲਿਆ ਵੀ ਦਿੱਲੀ ਚ ਸਾਨੂੰ ਕੋਈ ਕਮੇਟੀ ਜਾਂ ਕੋਈ ਸਾਨੂੰ ਕੋਈ ਮਿਲ ਜੇ ਜਗ੍ਹਾ ਅਸੀਂ ਉੱਥੇ ਛੋਟਾ ਜਿਹਾ ਇੱਕ ਉਹਨਾਂ ਦੀ ਯਾਦਗਾਰ ਬਣਾ ਲਈਏ। ਜਿੱਦਾਂ ਹੁਣ ਗੁਰਦੁਆਰਾ ਰਕਾਬਗੰਜ ਸਾਹਿਬ ਜਿਹੜੀ 84 ਦੀ ਦੀਵਾਰ ਬਣੀ ਆ ਕੰਧ ਬਣਾਈ ਗਈ ਆ, ਤੇ ਇਸ ਤਰ੍ਹਾਂ ਦਿੱਲੀ ਗੁਰਦੁਆਰਾ ਕਮੇਟੀ ਜਿੱਥੋਂ ਮਤਲਬ ਜੇ ਆਪਾਂ ਇਹ ਵੀ ਕਹੀਏ ਘਟਨਾ ਵੀ ਦਿੱਲੀ ਦੀ ਆ ਤੇ ਦਿੱਲੀ ਦੇ ਵਿੱਚ ਮਤਲਬ ਇਹ
रिंदे भी तुसी दिल्ली चाह ते जे दिल्ली च भी बन जवे जां मतलब जेड़े गुरुद्वारा साहिबान या दिल्ली गुरुद्वारा प्रबंधक कमेटी आ उहनां नूं इस पासे वल बेनती करके देखी है जां उहनां नूं अपील कीती कोई भी बनाओ दिल्ली कमेटी का देखो जी पहला मैं कह के 89 तो मैं चिट्ठिया लिखिया सी ते 2002 दे विच क्योंकि मनु फोटो लगाने वास्ते मैं चिट्ठिया लिखिया 2002 च उन्होंने तीन इन्हां दीआं तो सुखा जिंदा दी पंज फोटो लगाईआं सी अजायब घर दे विच। अच्छा जी फिर वो की कहिंदे 10-12 दे विच कहिंदे जी इहनूं रिपेयर करना उह फोटो उतार दित्तीआं फिर पिछली बार जी बरसी गुरुद्वारा मोती बाग मनाए सी ते मैं दिल्ली कमेटी नू बेनती कीती सी भी तुसी हुण मैं इन्निया वार कह चुकी आ तुसी साडीआं फोटोआं इस वार उन्होंने फोटोआं मंग भी लईआं सी लेकिन एक दिन पहला कह दिता जी वो कोविड करके ना अजायब घर बंद हैगा जद अजायब घर खुल जाएगा फिर असी लगा देंगे मतलब टाल बटोल वाली पालथी जिहड़ी रखदे आ भई सीधे रूप च जिद्दां ना भी नहीं करदे ते हां भी नहीं करदे। हां जी क्योंकि पहला लगियां रहियां 2002 तो लैके 2010 तक उत्ते दिल्ली दे बंगला साहिब अजायब घर च लगियां रहियां फोटोआं जायब घर नूं दुबारा बड़ा बनाना। अच्छा जदों मतलब हटाईआं गईआं उदों परमजीत सिंह सरना ओह प्रधान सन। हांजी हांजी हां ते मुड़ के जदों भाई मनजीत सिंह जी के रहे आ हुण मनजिंदर सिंह सिरसा आ ते इहनां नाल तुहाडी गलबात होई? नहीं मैं जीके साहब जब प्रधान सी इन्हां नूं दे के आया सी इन्हां ने कहा सी तुसी धर्म प्रचार कमेटी दे उत्ते दे आना मैं लैटर फिर दे के भी आया सी पर ओह ज्यादा अजायब घर ही नहीं हैगा ते ओह लगनगीआं कित्थे फोटोआं। ठीक है उन्हां दे कोल सानी दा अजायब घर हैगा ओह पैसे वाला बंदा है साडे कोल तां इक शहीदी है उन्हां दी साडे पिता जी दी साडे कोल इन्ना पैसा है नहीं कि असीं इन्ना जिहड़ा अपने भाई सतवंत सिंह जिहड़ा सानी उन्होंने भी अजायब घर बनाया कोई उन्हां दा परसनल प्राइवेट अजायब घर है कि वो गुरुद्वारा साहिब दे प्रबंध दे विच प्राइवेट ही समझ लो है तां गुरुद्वारे दे विच उहने सारा खर्चा बना ते उहने कीता अंदर उहदीआं जिहड़ीआं उहने पंजाबी धार्मिक गीत गाए है ओह वी उहदे च दिखांदे है यानी उहदा ही समझ लो तां है ही नहीं उत्थे इतिहास नूं जदों मैं भी दो तीन वारी बंगला साहिब गुरुद्वारा साहिब दे दर्शन कीते आ पर उत्थे ते अंदर जिद्दां पूरे इतिहास दी जिहड़ी उह लाइब्रेरी डिजिटल भी आ मैं देखी आ भी उहदे च दिखाया जांदा पूरा उहदी गल करदे जां इह हो रिहा आओ अज उह अपने कन्न ते लगा के सारी उह रिकॉर्डिंग ऑडियो वगैरह हांजी तुसीं सुण सकदे आ। हांजी पर तुसी देखिया होगा फोटोआं भी सारियां नवीं तरीके दीआं बनाईआं होईआं ते कोई होर किसी शहीद दी फोटो नहीं लगाई हुई उन्होंने। नहीं इह ते गल फिर तुहानूं जिद्दां करन वाली आ प्रबंध दे विच इहनां नूं इस गल नूं प्रबंधकां नूं जरूर होर भी इहदे लई जिद्दां मतलब लामबंदी करके इहदे लई कंपेन करन दी लोड़ आ कि जरूर जिद्दां इतिहासक तौर ते फोटोआं इत्थे दिल्ली गुरुद्वारा साहिब दे विच लगणियां चाहीदियां जे बाकियां नहीं लगियां होईआं। ਹਾਂਜੀ ਹਾਂਜੀ ਨਹੀਂ ਕਰ ਰਹੇ ਆ ਕੋਸ਼ਿਸ਼ ਦੇਖੋ ਨਵੀਂ ਕਮੇਟੀ ਆਏਗੀ ਹੁਣ ਇਲੈਕਸ਼ਨ ਡਿਊ ਹੈਗੇ ਆ ਕੋਈ ਲਗਾ ਦੇ ਚੰਗੀ ਕਮੇਟੀ ਆ ਜਾਏ ਉਹਨਾਂ ਅੱਗੇ ਬੇਨਤੀ ਕਰਾਂਗੇ ਕੱਲ ਵੀ ਮੈਂ ਬੇਨਤੀ ਕਰਾਂਗਾ ਫਿਰ ਦੁਬਾਰਾ ਤੋਂ। ਹਾਂਜੀ 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 ਤੁਸੀਂ ਬੇਨਤੀ ਕਰਦੇ ਰਹੋ ਫਿਰ ਵੀ ਇਹਨਾਂ ਨੂੰ ਕੁਛ ਨਾ ਕੁਛ ਇਸ ਵੇਲੇ ਤਾਂ ਹਾਲਾਤ ਏਦਾਂ ਦੇ ਮੇਰਾ ਖਿਆਲ ਮੰਨ ਵੀ ਜਾਣਗੇ ਕਾਫੀ ਅੱਗੇ ਵਾਲਾ ਹਾਲਾਤ ਹੈਨਗੇ ਵੀ ਜਿੱਦਾਂ ਲੋਕ ਮੈਂ ਤੁਹਾਨੂੰ ਦੱਸਿਆ ਨਾ ਉਹਨਾਂ ਨੇ ਫੋਟੋਆਂ ਮੰਗਵਾ ਲਈਆਂ ਸੀ ਲੇਕਿਨ ਫਿਰ ਕੱਲ ਹੀ ਮਨਾ ਕਰ ਦਿੱਤਾ ਵੀ ਅਜੇ ਉਹ ਕੋਵਿਡ ਕਰਕੇ ਬੰਦ ਪਿਆ ਜਦ ਖੁੱਲੇਗਾ ਫਿਰ ਲਗਾ ਦਾਂਗੇ। ਓਕੇ ਓਕੇ ਠੀਕ ਹੈ ਸਤਵੰਤ ਸਿੰਘ ਜੀ ਜਿੱਦਾਂ ਤੁਹਾਡੇ ਮਨ ਦੇ ਵਿੱਚ ਇੱਕ ਤਾਂ ਇਹ ਆ ਵੀ ਹਾਂ ਜੀ ਉਹਨਾਂ ਦੀ ਯਾਦਗਾਰ ਬਣੀ ਹੋਰ ਤੁਹਾਡੇ ਮਨ ਦੇ ਵਿੱਚ ਕੀ ਆਉਂਦਾ ਕਿ ਇਹ ਜਿਹੜੇ ਤਿੰਨ ਸ਼ਹੀਦ ਜਿਨ੍ਹਾਂ ਨੇ ਏਡਾ ਵੱਡਾ ਕੌਮ ਲਈ ਕੰਮ ਕੀਤਾ ਇਹਨਾਂ ਦੀ ਯਾਦ 'ਚ ਹੋਰ ਕੀ ਬਣਨਾ ਚਾਹੀਦਾ ਹੈ? ਦੇਖੋ ਜੀ ਜਿੱਦਾਂ ਕੀ ਕਹਿੰਦੇ ਭਾਈ ਸਤਵੰਤ ਸਿੰਘ ਜੀ ਦੀ ਅਗਵਾਨ ਪਿੰਡ ਬਣੀ ਹੋਈ ਹੈ ਉਹਨਾਂ ਨੇ ਹੁਣ ਹੋਰ ਵੀ ਜਗ੍ਹਾ ਲੈ ਲਈ ਅਸੀਂ ਵੀ ਸੋਚਦੇ ਹਾਂ ਇੱਕ ਵਾਰ ਸਾਨੂੰ ਵੀ ਕਿਤੇ ਛੋਟੇ ਜਿਹੀ ਕੋਈ ਜਗ੍ਹਾ ਸ਼੍ਰੋਮਣੀ ਕਮੇਟੀ ਲੈ ਕੇ ਦੇ ਦੇ ਅੱਛਾ ਮੈਂ ਤਾਂ ਚਾਹੁੰਦਾ ਫਤਿਹਗੜ੍ਹ ਸਾਹਿਬ ਗੁਰਦੁਆਰੇ ਦੇ ਸਾਹਮਣੇ ਖੇਤਾਂ ਵਾਲੀ ਜਗ੍ਹਾ ਜਿੱਥੇ ਕਾਨਫਰੰਸਾਂ ਹੁੰਦੀਆਂ
ਉੱਥੇ ਕੋਈ ਸਾਨੂੰ 4 ਕਰ ਦਾ ਪਲਾਟ ਲੈ ਦੇਣ ਤੇ ਅਸੀਂ ਆਪਣੀ ਮਿਹਨਤ ਨਾਲ ਹੁਣ ਮੈਂ ਰਿਟਾਇਰ ਹੋ ਜਾਣਾ ਮੈਂ ਸਪਟੈਂਬਰ ਦੇ ਵਿੱਚ ਮੈਂ ਕਿਹਾ ਮੈਂ ਜਿੰਨਾ ਪੈਸਾ ਮੈਨੂੰ ਮਿਲੇਗਾ ਸਰਕਾਰ ਤੋਂ ਮੈਂ ਉਹ ਸਾਰਾ ਉਸਦੇ ਦਿਵਾਨ ਨੂੰ ਤਿਆਰ ਹੈ ਪਰ ਮੈਨੂੰ ਉੱਥੇ ਕੋਈ ਪਲਾਟ ਤਾਂ ਕੋਈ ਲੈ ਕੇ ਦੇ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਵੈਸੇ ਤਾਂ ਮੈਂ ਚੱਲ ਰਿਹਾ ਦਿੱਲੀ ਦੇ ਵਿੱਚ ਬਣੇ ਕਿਉਂਕਿ ਜਿੱਦਾਂ ਆਪਣੇ ਔਰੰਗਜ਼ੇਬ ਨੇ ਆਪਣਾ ਗੁਰਦੇਵ ਬਹਾਦਰ ਜੀ ਨੂੰ ਸ਼ਹੀਦ ਕੀਤਾ ਉਹਨਾਂ ਦੀ ਯਾਦਗਾਰ ਦਿੱਲੀ ਦੇ ਵਿੱਚ ਹੈਗੀ ਉਹ ਔਰੰਗਜ਼ੇਬ ਦੀ ਜਿਹੜੀ ਸਮਾਧ ਹੈ ਔਰੰਗਾਬਾਦ ਦੇ ਵਿੱਚ ਉੱਥੇ ਕੋਈ ਦੀਵਾ ਜਲਾਉਣ ਵਾਲਾ ਵੀ ਨਹੀਂ ਹੈ ਤੇ ਇਹ ਵੀ ਦਿੱਲੀ ਦੇ ਵਿੱਚ ਇਹਨਾਂ ਤਿੰਨਾਂ ਦੀ ਯਾਦਗਾਰ ਬਣੇ ਵੀ ਲੋਕਾਂ ਨੂੰ ਪਤਾ ਚੱਲੇ ਤੇ ਜਦ ਤੋਂ ਇੰਦਰਾ ਦਾ ਨਾਮ ਲੈਣ ਹੁਣ ਵੀ ਤੁਸੀਂ ਦੇਖ ਲਓ ਕੋਈ ਉਹਨਾਂ ਦੇ 31 ਤਰੀਕ ਕੋਈ ਨਾਮ ਲੈਣ ਵਾਲਾ ਹੈ ਬਹੁਤ ਘੱਟ ਗਏ ਤੇ ਹੌਲੀ ਹੌਲੀ ਹੋਰ ਵੀ ਘੱਟ ਜਾਣਗੇ ਤੇ ਇਹਨਾਂ ਸ਼ਹੀਦਾਂ ਨੂੰ ਜੇ ਮਤਲਬ ਕੌਮ ਚਾਹੇ ਤੇ ਜਿਹੜਾ ਸਫਦਰ ਗੰਜ ਹੀ ਆ ਜਾਂ ਮਤਲਬ ਉਹਦੇ ਸਾਹਮਣੇ ਜਿੱਥੇ ਮਤਲਬ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਉਹਦੇ ਸਾਹਮਣੇ ਵੀ ਜਗ੍ਹਾ ਲੈ ਕੇ ਬਣਾਈ ਜਾ ਸਕਦੀ ਹੈ ਜਿੱਥੇ ਮਤਲਬ ਏਦਾਂ ਦੀ ਵੀ ਚੀਜ਼ ਹੋ ਸਕਦੀ ਆ। ਉਹ ਤਾਂ ਥੋੜੀ ਦੂਰ ਦੀ ਗੱਲ ਹੈ ਮੈਂ ਤਾਂ ਸੋਚਦਾ ਮੈਨੂੰ ਕੋਈ ਤਿਹਾੜ ਜੇਲ ਦੇ ਸਾਹਮਣੇ ਕੋਈ ਪਲਾਟ ਮਿਲ ਜੇ ਚਾਹੇ ਛੋਟੇ 50 ਗਜ਼ ਦਾ ਮਿਲ ਜੇ ਮੈਂ ਤਾਂ ਉੱਥੇ ਬਣਾਉਣ ਨੂੰ ਤਿਆਰ ਹਾਂ ਵੀ ਕੱਲ ਨੂੰ ਇਹ ਜਿਹੜਾ ਤਿਹਾੜ ਜੇਲ ਹੈ ਅੱਜ ਨਹੀਂ ਤਾਂ ਕੱਲ ਇਹ ਦਿੱਲੀ ਤੋਂ ਬਾਹਰ ਕਿਤੇ ਜਾਏਗਾ ਤੇ ਇਹ ਜਗ੍ਹਾ ਜਿਹੜੀ ਅਸੀਂ ਇੱਥੇ ਫਿਰ ਇੱਕ ਆਪਣਾ ਗੁਰਦੁਆਰਾ ਬਣਾ ਸਕਾਂਗੇ ਇੱਥੇ ਹੋਰ ਵੀ ਸ਼ਹੀਦ ਅੰਦਰ ਜਿਹੜੇ ਜਿਨ੍ਹਾਂ ਨੇ ਉਮਰ ਕੈਦਾਂ ਕੱਟੀਆਂ ਅਜੇ ਵੀ ਕੱਟ ਰਹੇ ਹੈ ਜਿੱਦਾਂ ਜਥੇਦਾਰ ਆਪਣੇ ਜਗਤਾਰ ਸਿੰਘ ਜੀ ਹਵਾਰਾ ਜੀ ਉਹ ਵੀ ਅੰਦਰ ਹੈ ਉਹਨਾਂ ਦੀ ਲੋਕ ਜਿੱਦਾਂ ਅਰਦਾਸ ਕਰਕੇ ਆਉਂਦੇ ਹੈ ਜਿੱਦਾਂ ਅਸੀਂ ਦੀਵਾਲੀ ਨੂੰ ਅਸੀਂ ਗਏ ਸੀ ਉੱਥੇ ਅਰਦਾਸ ਕਰਕੇ ਆਏ ਸੀ ਠੀਕ ਹੈ ਏਦਾਂ ਹੀ ਕੋਈ ਬਣ ਜੇ ਕੋਈ ਯਾਦਗਾਰ ਦਿੱਲੀ ਦੇ ਵਿੱਚ ਹੋਣੀ ਜਾਂ ਜਿੱਦਾਂ ਉਹ ਚ ਆਪਣਾ ਰਕਾਬਗੰਜ ਸਾਹਿਬ ਬਣਾਈ ਹੈ ਜਿਹੜੀ 84 ਦੀ ਉੱਥੇ ਹੀ ਉਹਨੂੰ ਮਿਊਜ਼ੀਅਮ ਦੇ ਤੌਰ ਤੇ 2-3 ਮੰਜ਼ਿਲਾ ਬਣਾ ਦਿੱਤਾ ਜਾਏ ਉਹਨਾਂ ਦੇ ਵਿੱਚ ਇਹਨਾਂ ਦੀ ਵੀ ਯਾਦ ਫੋਟੋਆਂ ਲੱਗ ਜਾਣ ਉਹ ਮੈਂ ਤਾਂ ਦਿਲ ਚ ਇਹ ਸੋਚਿਆ ਵੀ ਅਗਰ ਉਹ ਅਗਰ ਕਮੇਟੀ ਕੋਈ ਆਉਂਦੀ ਜਦੋਂ ਕਮੇਟੀਆਂ ਆਨਾਕਾਨੀ ਕਰਦੀਆਂ ਬਣਾਉਣਾ ਨਹੀਂ ਚਾਹੁੰਦੀਆਂ ਇਹਦੇ ਪਿੱਛੇ ਕੋਈ ਮਤਲਬ ਸਿਆਸੀ ਮਤਲਬ ਪ੍ਰੈਸ਼ਰ ਹੁੰਦਾ ਜਾਂ ਮਤਲਬ ਕਿਉਂਕਿ ਕੌਮੀ ਸ਼ਹੀਦ ਆ ਜੇ ਅਕਾਲ ਤਖ਼ਤ ਸਾਹਿਬ ਤੇ ਉਹਨਾਂ ਦੀਆਂ ਫੋਟੋ ਲੱਗ ਸਕਦੀਆਂ ਅਕਾਲ ਤਖ਼ਤ ਸਾਹਿਬ ਤੇ ਉਹਨਾਂ ਦਾ ਦਿਨ ਉਹਨਾਂ ਨੂੰ ਕੌਮੀ ਸ਼ਹੀਦ ਪਰਵਾਨਿਆ ਗਿਆ ਆ ਤੇ ਫਿਰ ਜਿਹੜੀਆਂ ਸ਼੍ਰੋਮਣੀ ਕਮੇਟੀ ਦਿੱਲੀ ਜਿਹੜੀ ਦਿੱਲੀ ਕਮੇਟੀ ਆ ਇਹਨੂੰ ਕੀ ਇਤਰਾਜ਼ ਆ ਉਹ ਕਿਉਂ ਨੀ ਉੱਥੇ ਬਣਾ ਸਕਦੇ। ਦੇਖੋ ਜੀ ਇਹਨਾਂ ਨੂੰ ਸ਼ਹੀਦਾਂ ਦਾ ਮਤਲਬ ਨੀ ਹੁੰਦਾ ਜਿੰਨੇ ਵੀ ਉੱਪਰ ਚੌਧਰ ਬਣੇ ਹੁੰਦੇ ਇਹਨਾਂ ਨੂੰ ਆਪਣੇ ਕੋਟੇ MLA ਕੌਂਸਲਰ ਇਸ ਵਾਸਤੇ ਇਹਨਾਂ ਸਿਰਫ ਸਿੱਖਾਂ ਨੂੰ ਯੂਜ਼ ਕਰਦੇ ਆ ਵੀ ਅਸੀਂ ਇੱਕ ਵਾਰ ਕਮੇਟੀ ਦੇ ਵਿੱਚ ਮੈਂਬਰ ਬਣ ਜਾਈਏ ਫਿਰ ਅਸੀਂ ਕੌਂਸਲਰ ਵੀ ਬਣ ਜਾਵਾਂਗੇ MLA ਵੀ ਬਣ ਜਾਵਾਂਗੇ MP ਵੀ ਬਣ ਜਾਵਾਂਗੇ ਤੇ ਇਹਨਾਂ ਨੂੰ ਸ਼ਹੀਦਾਂ ਦਾ ਕੋਈ ਉਹ ਨੀ ਹੁੰਦਾ ਵੀ ਕਿਉਂਕਿ ਇਹ ਇਸ ਕਰਕੇ ਕਿਉਂਕਿ ਜਿਹੜੀਆਂ ਜਿੰਨਾ ਪਾਰਟੀਆਂ ਇਹਨਾਂ ਦੇ ਪਿੱਛੇ ਖੜੀਆਂ ਹੁੰਦੀਆਂ ਉਹ ਤਾਂ ਬਰਦਾਸ਼ਤ ਹੀ ਨੀ ਕਰਦੀਆਂ ਨਾ ਵੀ ਇਹਨਾਂ ਸ਼ਹੀਦਾਂ ਦੀਆਂ ਫੋਟੋਆਂ ਜਾਂ ਯਾਦਗਾਰਾਂ ਬਣਨ। ਠੀਕ ਹੈ ਤੇ ਆਪਣੇ ਸਤਵੰਤ ਸਿੰਘ ਜੀ ਜਿੱਦਾਂ ਜਿਸ ਵੇਲੇ ਮਤਲਬ ਤੁਹਾਡੇ ਪਿਤਾ ਜੀ ਦੀ ਆਪਾਂ ਗੱਲ ਕਰਦੇ ਜਿਹੜੇ ਗਾਂ ਜਿੱਦਾਂ ਤੁਹਾਡੇ ਬੱਚੇ ਆ ਮਤਲਬ ਉਹਨਾਂ ਦੇ ਪੋਤੇ ਪੋਤੀਆਂ ਦੋਤੇ ਜਾਂ ਦੋਤੀਆਂ ਮਤਲਬ ਉਹਨਾਂ ਨੂੰ ਸ਼ਹੀਦ ਭਾਈ ਕੇਰ ਸਿੰਘ ਬਾਰੇ ਕਿੰਨਾ ਕੁ ਪਤਾ ਹੈ ਜਾਂ ਤੁਸੀਂ ਕਿੰਨਾ ਕੁ ਦੱਸਦੇ? ਨਹੀਂ ਅਸੀਂ ਤਾਂ ਉਹਨਾਂ ਨੂੰ ਪੂਰਾ ਉਹਨਾਂ ਨੂੰ ਪਤਾ ਹੈ ਸਭ ਸਾਰਾ ਸਾਡਾ ਗੁਰਸਿੱਖ ਪਰਿਵਾਰ ਹੈ ਕਿਸੇ ਨੇ ਇੱਕ ਬਾਲ ਨਹੀਂ ਆਪਣੇ ਸਰੀਰ ਤੋਂ ਤੋੜਿਆ ਤੇ ਸਾਰੇ ਗੁਰਸਿੱਖ ਹੈਗੇ ਕੋਈ ਉਹ ਨਹੀਂ ਸਾਰੇ ਉਹਨਾਂ ਨੂੰ ਪਤਾ ਹੈ ਵੀ ਕਿੱਦਾਂ ਉਹਨਾਂ ਨੇ ਸਾਡੇ ਦਾਦਾ ਜੀ ਨੇ ਸਾਡੀ ਕਿੱਦਾਂ ਕੁਰਬਾਨੀ ਕੀਤੀ ਹੈ। ਹਾਂ ਜਿੱਦਾਂ ਮਤਲਬ ਤੁਹਾਡੇ ਬੱਚੇ ਜਦੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਜਦੋਂ ਉਹਨਾਂ ਨੂੰ ਮਤਲਬ ਸੋਝੀ ਆਉਣੀ ਸ਼ੁਰੂ ਹੋਈ ਹੋਗੀ ਜਾਂ ਜਦੋਂ ਬੱਚੇ ਵੱਡੇ ਹੋਣ ਲੱਗੇ ਤਾਂ ਉਹ ਜ਼ਰੂਰ ਪੁੱਛਦੇ ਹੋਣਗੇ ਵੀ ਸਾਡਾ ਬਾਬਾ ਜੀ ਮਤਲਬ ਇਹਨਾਂ ਨੇ ਕੀ ਕੀਤਾ ਕਿੱਦਾਂ ਕਿੱਦਾਂ ਹੋਇਆ ਸਾਰਾ ਇਹ ਕਹਾਣੀਆਂ ਪੁੱਛਦੇ ਆ। ਹਾਂਜੀ ਪੁੱਛਦੇ ਅੱਜ ਦੀ ਹੀ ਗੱਲ ਹੈ ਅੱਜ ਮੇਰਾ ਬੇਟਾ ਬੈਠਿਆ ਹੋਇਆ ਸੀ ਆਪਣੇ ਲੈਪਟਾਪ ਤੇ ਤਾਂ ਪੁੱਛ ਰਿਹਾ ਸੀ ਕਹਿੰਦਾ ਡੈਡੀ ਵੀ ਤੁਸੀਂ ਸੰਸਕਾਰ ਕਿੱਦਾਂ ਕੀਤਾ ਫਿਰ ਅਸੀਂ ਉਹਨੂੰ ਦੱਸਿਆ ਵੀ ਸਾਨੂੰ ਤਾਂ ਸੰਸਕਾਰ ਵੀ ਨੀ ਕਰਨ ਦਿੱਤਾ ਸੀ ਵੀ ਸਾਨੂੰ ਤੇ ਬਸ ਇਹ ਹੈ ਵੀ ਸਾਨੂੰ 1 ਦਿਨ ਪਹਿਲਾਂ ਮਿਲਾ ਦਿੱਤਾ ਸੀ ਜਿੱਦਾਂ ਅੱਜ ਦੇ ਦਿਨ 5 ਤਰੀਕ ਨੂੰ ਸਾਨੂੰ ਰਾਤ ਨੂੰ ਸਾਰੇ ਪਰਿਵਾਰਾਂ ਨੂੰ ਦੋ ਦੋ ਕਰਕੇ ਲਿਜਾ ਕੇ ਸਾਨੂੰ ਆਪਣੇ ਪਿਤਾ ਇਹਨਾਂ ਅੰਦਰ ਤਿਹਾੜ ਜੇਲ੍ਹ ਦੇ ਵਿੱਚ ਮਿਲਵਾ ਦਿੱਤਾ ਸੀ। ਤੇ ਉਹ ਜਦੋਂ ਆਖਰੀ ਮੁਲਾਕਾਤ ਹੋਈ ਆ ਜਦੋਂ ਤੁਸੀਂ ਕਿਹਾ ਵੀ 2-2 ਮਿੰਟ ਲਈ ਮਿਲਾਇਆ ਤੇ ਜਦੋਂ ਬਾਕੀ ਪਰਿਵਾਰ ਵੀ ਮਿਲਿਆ ਉਹ ਤਾਂ ਉਹਨਾਂ ਨੂੰ ਪਤਾ ਹੋਊ ਕੀ ਕੀ ਕਿਹਾ ਤੁਹਾਨੂੰ ਕੀ ਕਿਹਾ ਸੀ ਤੁਹਾਡੇ ਪਿਤਾ ਜੀ ਨੇ ਤੁਸੀਂ ਕੀ ਜਾਂ ਤੁਸੀਂ ਕੀ ਉਹਨਾਂ ਨੂੰ ਕਿਹਾ ਸੀ? ਅਸੀਂ ਤਾਂ ਕੀ ਉਹਨਾਂ ਨੂੰ ਬਸ ਉਸ ਵਕਤ ਗੱਲਾਂ ਹੀ ਨੀ ਇੰਨੀਆਂ ਉਹ ਪਈਆਂ ਸੀ ਤੇ ਅਸੀਂ ਕੀ ਕਹਿੰਦੇ ਉਹਨਾਂ ਨੇ ਸਾਨੂੰ ਇਹੀ ਕਿਹਾ ਵੀ ਬੇਟੇ ਆਪਣਾ ਸਭ ਪਰਿਵਾਰ ਮਿਲ ਕੇ ਰਹਿਣਾ ਤੁਸੀਂ ਆਪਣਾ ਅਸੀਂ ਤਾਂ ਜੋ ਕਰਨਾ ਸੀ ਅਸੀਂ ਕਰ ਦਿੱਤਾ ਤੇ ਉਹਨੇ ਸਾਡੇ ਵੱਡੇ ਭਾਈ ਸਾਹਿਬ ਰਜਿੰਦਰ ਸਿੰਘ ਨੂੰ ਨੇ ਪੁੱਛਿਆ ਸੀ ਸਾਡੇ ਪਿਤਾ ਜੀ ਤੋਂ ਵੀ ਪਾਪਾ ਜੀ ਤੁਹਾਡੀ ਕੋਈ ਆਖਰੀ ਖੁਆਇਸ਼ ਤੁਸੀਂ ਦੱਸ ਦੋ ਤੇ ਉਹਨਾਂ ਨੇ ਕਿਹਾ ਸੀ ਵੀ
ਕਹਿੰਦੇ ਮੇਰੀ ਜਿਹੜਾ ਸੰਸਕਾਰ ਹੋਏ ਨਾ ਵੀ ਉਹ ਕੀ ਕਹਿੰਦੇ ਆਪਣੇ ਪਿੰਡ ਮੁਸਤਫਾਬਾਦ ਫਤਿਹਗੜ੍ਹ ਸਾਹਿਬ ਦੇ ਕੋਲ ਹੋਏ। ਅੱਛਾ ਤੇ ਉਹ ਫਿਰ ਭਾਈ ਰਜਿੰਦਰ ਸਿੰਘ ਜੀ ਨੇ ਕਿਹਾ ਵੀ ਨਹੀਂ ਤਾਂ ਉਹ ਸਾਨੂੰ ਪੁਲਿਸ ਪਰਮਿਸ਼ਨ ਨਹੀਂ ਦੇਗੀ, ਤੇ ਫਿਰ ਉਹ ਕਹਿੰਦੇ ਮੈਂ ਆਪੇ ਆਪਣੇ ਮੈਂ ਆਪੇ ਹੀ ਪਹੁੰਚ ਜਾਵਾਂਗਾ ਤੇ ਤੁਸੀਂ ਕੋਈ ਫਿਕਰ ਨਾ ਕਰਨਾ। ਅੱਛਾ ਹਾਂਜੀ, ਮਤਲਬ ਉਹਨਾਂ ਦੀ ਫੇਰ ਵੀ ਜਿਹੜੀ ਭਾਵਨਾ ਜਾਂ ਖਾਹਿਸ਼ ਬੰਦੇ ਦੀ ਹੁੰਦੀ ਆ, ਜਾਂ ਕੋਈ ਵੀ ਜਿੱਦਾਂ ਹੁਣ ਅਸੀਂ ਵਿਦੇਸ਼ਾਂ ਚ ਰਹਿੰਦੇ, ਹਰ ਬੰਦਾ ਸੋਚਦਾ ਵੀ ਮੈਂ ਪੰਜਾਬ ਜਾਂ ਆਪਣੇ ਪਿੰਡ ਹੀ ਜਾਵਾਂ। ਉਹਨਾਂ ਦੀ ਇਹ ਆਖਰੀ ਖਾਹਿਸ਼ ਇਹ ਸੀ ਕਿ ਮੇਰਾ ਜਿਹੜਾ ਅੰਤਿਮ ਸੰਸਕਾਰ ਹੈ ਮੁਸਤਫਾਬਾਦ ਦੇ ਪਿੰਡ ਦੇ ਵਿੱਚ ਹੀ ਹੋਵੇ। ਹਾਂਜੀ ਹਾਂਜੀ, ਤੇ ਪਰ ਉਹ ਤੇ ਸਰਕਾਰ ਦੀਆਂ ਪਾਬੰਦੀਆਂ ਦੇ ਕਾਰਨ ਜਾਂ ਨਹੀਂ ਹੋ ਸਕਿਆ, ਜਿੱਦਾਂ ਸਾਨੂੰ ਦਿੱਤੀ ਨੀ ਜਾਂ ਸਾਨੂੰ ਹੀ ਨੀ ਅੰਦਰ ਜਾਣ ਦਿੱਤਾ, ਤੇ ਫਿਰ ਉਹ ਇੰਨਾ ਬੜਾ ਕਿੱਦਾਂ ਕਰ ਸਕਦੇ। ਅੱਛਾ, ਤੁਸੀਂ ਜਦੋਂ ਉਦੋਂ ਤੇ ਬਹੁਤ ਬੈਰਾਗ ਆ ਗਿਆ ਹੋਊਗਾ ਭਾਈ ਸਤਵੰਤ ਸਿੰਘ ਜੀ, ਜਦੋਂ ਤੁਸੀਂ ਆਖਰੀ ਵਾਰ ਜਦੋਂ ਤੁਹਾਡੇ ਮਨ ਨੂੰ ਇਹ ਪਹਿਲੇ ਪਤਾ ਲੱਗ ਗਿਆ ਵੀ ਹੁਣ ਹੀ ਨੀ, ਅੱਜ ਤੋਂ ਬਾਅਦ ਰਹਿਣਾ ਨੀ ਗਾ, ਅੱਜ ਆਖਰੀ ਮਿਲਣੀ ਆ, ਤੇ ਗੱਲ ਕਰਨ ਦਾ ਵੀ ਬੰਦੇ ਦਾ ਹਿਆ ਨੀ ਪੈਂਦਾ ਜਾਂ ਬੰਦੇ ਤੋਂ ਗੱਲ ਹੁੰਦੀ ਨੀ, ਹੌਸਲਾ ਨੀ ਵੱਧਦਾ? ਇਹ ਦੇਖੋ ਜੀ, ਸਾਨੂੰ ਹਫਤੇ ਚ ਦੋ ਵਾਰ ਮਿਲਣ ਦੀ ਇਜਾਜ਼ਤ ਹੁੰਦੀ ਸੀ। ਹਾਂ, ਤੇ 2 ਤਰੀਕ ਨੂੰ ਮੈਂ ਔਰ ਮੇਰੀ ਮਾਤਾ ਜੀ ਅਸੀਂ ਤਿਹਾੜ ਜੇਲ ਮਿਲਣ ਕਰ ਜਾਂ ਮੁਲਾਕਾਤ ਕਰਕੇ ਅੰਦਰ ਉਹ ਆ ਗਏ, ਤੇ ਸਾਨੂੰ ਡਿਊੜੀ ਦੇ ਆਫਿਸ ਦੇ ਵਿੱਚ ਬੁਲਾ ਕੇ ਮੈਨੂੰ ਅਲੱਗ ਕਮਰੇ ਚ ਲੈ ਗਏ। ਅੱਛਾ, ਤੇ ਉਹ ਸਾਡੀ ਮਾਤਾ ਜੀ ਉਹ ਵੀ ਭੱਜਿਆ, ਕਹਿੰਦੇ ਨਹੀਂ ਮੈਨੂੰ ਵੀ ਦੱਸੋ ਕੀ ਹੋਇਆ। ਤੇ ਉਹਨਾਂ ਨੇ ਮੈਨੂੰ ਕਿਹਾ ਵੀ ਮਾਤਾ ਜੀ ਨੂੰ ਬਿਠਾਇਆ ਵੀ ਤੁਸੀਂ ਪਹਿਲਾਂ ਬੈਠੋ, ਫਿਰ ਕਿਹਾ ਵੀ ਇਹਨਾਂ ਦੇ ਫਾਂਸੀ ਦੇ ਆਰਡਰ 6 ਤਰੀਕ ਦੇ ਨਿਕਲ ਗਏ, ਤੇ ਤੁਸੀਂ ਆਪਣਾ ਜੋ ਇੰਤਜ਼ਾਮ ਕਰਨਾ ਹੈ ਤੁਸੀਂ ਆਪਣੇ ਪਰਿਵਾਰ ਵਾਲਿਆਂ ਨੂੰ ਦੱਸ ਦਿਓ। ਅੱਛਾ, ਤੇ ਫਿਰ ਮੈਂ ਫਟਾਫਟ ਬਾਹਰ ਆ ਕੇ ਅਸੀਂ ਮਾਤਾ ਜੀ ਨੂੰ ਲੈ ਕੇ ਮੋਤੀ ਬਾਗ ਗਏ, ਕਿਉਂਕਿ ਰਜਿੰਦਰ ਸਿੰਘ ਜੀ ਮੋਤੀ ਬਾਗ ਰਹਿੰਦੇ ਸੀ, ਤੇ ਉਹਨਾਂ ਨੇ ਦੱਸਿਆ। ਤੇ ਫਿਰ ਅਸੀਂ ਫਟਾਫਟ ਵਕੀਲ ਕੋ ਗਏ ਉੱਥੇ, ਅਸੀਂ 2 ਤਰੀਕ ਤੋਂ ਲੈ ਕੇ ਯਾਨੀ 5 ਤਰੀਕ ਤੱਕ ਅਸੀਂ ਰੇਟਾਂ ਹੀ ਲਗਾਉਂਦੇ ਰਹੇ। ਰਜਿੰਦਰ ਸਿੰਘ ਕੋਲ ਮੋਟਰਸਾਈਕਲ ਹੁੰਦਾ ਸੀ, ਅਸੀਂ ਮੋਟਰਸਾਈਕਲ ਤੇ ਇੰਨੀ ਠੰਡ ਦੇ ਵਿੱਚ ਅਸੀਂ ਕਦੀ ਸੁਪਰੀਮ ਕੋਰਟ, ਕਦੀ ਹਾਈ ਕੋਰਟ, ਕਦੀ ਵਕੀਲ, ਕਦੀ ਕਿਸੇ ਦੇ ਕੋਲ, ਕਦੀ ਮੇਲ ਟੈਲੀਗ੍ਰਾਮ ਉਸ ਵਕਤ ਚੱਲਦੀ ਸੀ, ਪ੍ਰੈਜੀਡੈਂਟ ਨੂੰ ਟੈਲੀਗ੍ਰਾਮ, ਹੋਰ ਯਾਨੀ ਸਾਰੇ ਘਰਦਿਆਂ ਨੂੰ ਇਨਫੋਰਮ ਕਰਨਾ, ਰਿਸ਼ਤੇਦਾਰਾਂ ਨੂੰ। ਉਹ ਕੋਈ ਯਾਨੀ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜਾ ਜੱਜ ਸੀ ਪਾਠਕ ਸੀ ਉਸ ਵਕਤ, ਉਹਨੇ ਖੁਦ ਵੀ ਸੁਣਵਾਈ ਕੀਤੀ ਸੀ, ਪਰ ਉਹ ਕੋਈ ਡਿਸੀਜਨ ਲੈ ਹੀ ਨਹੀਂ ਸਕੇ। ਉਹਨਾਂ ਦਾ ਮਕਸਦ ਹੀ ਇਹੀ ਸੀ ਵੀ ਇਹਨਾਂ ਦੋਨਾਂ ਨੂੰ ਅਸੀਂ ਸ਼ਹੀਦ ਕਰਨਾ ਹੈ। ਮਤਲਬ ਜੋ ਸਰਕਾਰ ਨੇ ਪਹਿਲਾਂ ਉਹ ਪਹਿਲੇ ਫੈਸਲੇ ਹੋਏ ਹੁੰਦੇ ਆ, ਮਤਲਬ ਜਿਹੜੇ ਉਹਨਾਂ ਨੂੰ ਚੰਗੇ ਲੱਗਦੇ ਉਹੀ ਫੈਸਲੇ ਕਰਨੇ ਆ, ਤਾਂ ਉਹ ਫੈਸਲੇ ਤਾਂ ਹੋਣੇ ਨੀਗੇ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਦੇ ਮਤਲਬ ਉਤਰਦੇ ਹੋਣ। ਜੇ ਸਰਕਾਰਾਂ ਏਦਾਂ ਕਰ ਲੈਣਗੇ ਫਿਰ ਤਾਂ ਉਸ ਵਕਤ ਮੀਡੀਆ ਹੀ ਨੀ ਸੀ ਨਾ ਸਾਡੇ ਕੋਲ, ਦੂਰਦਰਸ਼ਨ ਸੀ, ਅੱਜ ਦੇ ਟਾਈਮ ਦੇ 100 ਮੀਡੀਆ ਹੈਗਾ ਸਾਡੇ ਕੋਲ। ਹੁਣ ਤਾਂ ਆਪਣੇ ਭਾਈ ਸਤਵੰਤ ਸਿੰਘ ਜੀ ਮਤਲਬ ਟੈਕਨੋਲੋਜੀ ਨੇ ਬਹੁਤ ਤਰੱਕੀ ਕਰ ਲਈ ਆ, ਤੇ ਉਦੋਂ ਅੱਜ ਤੋਂ ਮਤਲਬ 36-37 ਸਾਲ ਪਹਿਲਾਂ ਜਿਹੜੀਆਂ ਚੀਜ਼ਾਂ ਵਾਪਰੀਆਂ, 40 ਸਾਲ ਪਹਿਲਾਂ ਵਾਪਰੀਆਂ, ਤੇ ਜੇ ਅੱਜ ਵਾਂਗ ਅੱਜ ਦਾ ਮਾਹੌਲ ਹੁੰਦਾ ਤੇ ਸ਼ਾਇਦ ਉਹ ਚੀਜ਼ਾਂ ਨਾ ਹੀ ਵਾਪਰਦੀਆਂ। ਕਿਉਂਕਿ ਉਹ ਸੱਚਾਈ ਉਸ ਵਕਤ ਕੀ ਕਹਿੰਦੇ, ਕਿਉਂਕਿ ਕਮਰ ਛਕਾਉਣਾ ਜਾਂ ਕੀ ਕਹਿੰਦੇ ਕਿਸੇ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣ ਲੈ ਜਾਣਾ, ਤੇ ਇਹ ਕੋਈ ਉਹ ਕ੍ਰਾਈਮ ਤਾਂ ਨੀ ਹੈਗਾ ਵੀ ਉਹਨਾਂ ਨੇ ਕੋਈ, ਠੀਕ ਹੈ ਉਹਨਾਂ ਦੀ ਭਾਵਨਾਵਾਂ ਸੀਗੀਆਂ, ਉਹਨਾਂ ਨੇ ਧਿਆਨ ਰੱਖਿਆ। ਮਤਲਬ ਸਿੱਧੇ ਰੂਪ ਦੇ ਵਿੱਚ ਮੈਂ ਮਤਲਬ ਇਹ ਕਹੀਏ ਕਿ ਤੁਹਾਡੇ ਪਿਤਾ ਜੀ ਨੂੰ ਉਹਨਾਂ ਨੇ ਇੱਕ ਮਤਲਬ ਸਾਜਿਸ਼ ਪਈ ਇਹਨਾਂ ਨੇ ਬਣਾਈ ਹੈ ਸਾਰੀ, ਇਹ ਇਹ ਕੇਸ ਪੇ ਉਹਨਾਂ ਦੇ ਪਾ ਕੇ ਮਤਲਬ ਉਹਨਾਂ ਨੂੰ ਬਰਾਬਰ ਦੀ ਸਜ਼ਾ ਹੀ ਦਿੱਤੀ ਗਈ। ਜੋ ਅੱਜ ਤੱਕ ਜਿੰਨੇ ਵੀ ਸੁਪਰੀਮ ਕੋਰਟ ਦੇ ਫੈਸਲੇ ਆਏ ਹੈ ਉਹਦੇ ਚ ਜਿਹੜਾ ਕੰਟਰੋਵਰਸੀ ਦੇ ਵਿੱਚ ਕਿਸੇ ਨੂੰ ਫਾਂਸੀ ਨਹੀਂ ਹੋਈ। ਹਾਂ, ਇਹ ਪਹਿਲਾ ਕੇਸ ਹੈ ਇੰਡੀਆ ਦੇ ਭਾਰਤ ਦੇ ਇਤਿਹਾਸ ਦੇ ਵਿੱਚ ਜਿਹਦੇ ਚ ਮਤਲਬ ਇੱਕ ਜਿਹਨਾਂ ਮਤਲਬ ਸਾਜਿਸ਼ ਦੇ ਅਧੀਨ ਜਿਹੜਾ ਕੇਸ ਮਤਲਬ ਇਹਨਾਂ ਨੇ ਬਣਾਈ ਆ ਤੇ ਫਾਂਸੀ ਦੇ ਦਿੱਤੀ ਗਈ। ਇਹਦੇ ਨਾਲ ਇੱਕ ਜਦੋਂ ਸ਼ੁਰੂ ਦੇ ਵਿੱਚ ਇੱਕ ਬਲਬੀਰ ਸਿੰਘ ਦਾ ਵੀ ਨਾਂ ਆਉਂਦਾ ਹੁੰਦਾ ਸੀ ਵਿੱਚ ਅਖਬਾਰਾਂ ਦੇ ਵਿੱਚ, ਉਦੋਂ ਪੜ੍ਹਦੇ ਰਹੇ ਹਾਂ, ਉਹਨਾਂ ਦਾ ਵੀ ਕੋਈ ਉਹ ਬਰੀ ਹੋ ਗਿਆ ਸੀ? ਉਹ ਵੀ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਦੇ ਵਿੱਚ ਸੀਗਾ, ਉਹਦੀ ਪਲਾਨਿੰਗ ਅਲੱਗ ਸੀਗੀ, ਉਹ ਇਹਨਾਂ ਤੋਂ ਅਲੱਗ ਉਹਦੀ ਪਲਾਨਿੰਗ ਸੀ, ਉਹ ਇਹਨੂੰ ਮਿਕਸ ਕਰਕੇ ਦਿਖਾਉਣਾ ਚਾਹੁੰਦੇ ਸੀ। ਅੱਛਾ, ਪਰ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੂੰ ਕੋਰਟ ਨੇ ਬਰੀ ਕਰ ਦਿੱਤਾ ਸੀ। ਅੱਛਾ, ਉਹਨਾਂ ਦਾ ਜਿੱਦਾਂ ਇਹ ਆਪਣੇ ਤੁਹਾਡੇ ਪਿਤਾ ਜੀ ਨਾਲ ਸਤਵੰਤ ਸਿੰਘ ਨਾਲ ਸ਼ਹੀਦ ਬਿਆਨ ਸਿੰਘ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਕੋਈ ਗੱਲਬਾਤ ਨਹੀਂ ਸੀ ਇਹਨਾਂ ਦੇ ਆਪਸ ਵਿੱਚ?
ਨਹੀਂ ਬੇਅੰਤ ਸਿੰਘ ਨੂੰ ਉੱਥੇ ਸਿਕਿਉਰਿਟੀ ਅਜੇ ਮਿਲਦੇ ਹੋਏ ਸੀਗੇ, ਪਰ ਕੋਈ ਕੋਨਸਪਰੇਸੀ ਦੇ ਵਿੱਚ ਉਹਨਾਂ ਦਾ ਨਹੀਂ ਸੀ ਗਈ। ਇਹਨੇ ਜਿਹੜੀ ਤਿੰਨਾਂ ਸਾਜਿਸ਼ ਰਚੀ ਹੈ, ਤਿੰਨਾਂ ਨੇ ਰਚੀ ਸੀ, ਉਹਦੀ ਜਿਹੜੀ ਸਾਜਿਸ਼ ਸੀ ਉਹ ਅਲੱਗ ਸੀਗੀ ਬਲਬੀਰ ਸਿੰਘ। ਮਤਲਬ ਉਹਦਾ ਉਹਦੇ ਕੋਲ ਪ੍ਰੋਗਰਾਮ ਕੋਈ ਹੋਊਗਾ ਸੀਗਾ, ਲੇਕਿਨ ਉਹ ਇਹਦੇ ਵਿੱਚ ਜਿੱਦਾਂ ਸ਼ਾਮਿਲ ਨਹੀਂ ਸੀ, ਇਹਨਾਂ ਦੇ ਨਾਲ ਸ਼ਾਮਿਲ ਨਹੀਂ ਸੀ, ਇਸ ਕਰਕੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਹਾਂਜੀ ਹਾਂ। ਇਹ ਭਾਈ ਸਤਵੰਤ ਸਿੰਘ ਜੀ, ਆਪਾਂ ਪ੍ਰੋਗਰਾਮ ਦੇ ਆਖਰ ਦੇ ਵਿੱਚ ਹੀ ਹਾਂ, ਇੱਕ ਵਾਰੀ ਫੇਰ ਆਪਾਂ ਜਾਣ ਲੈਂਦੇ ਹਾਂ ਵੀ ਜਿਹੜਾ ਕੱਲ੍ਹ ਪ੍ਰੋਗਰਾਮ ਹੋ ਰਿਹਾ ਆ, ਅਤੇ ਤੁਹਾਡੇ ਮਨ ਦੀਆਂ ਜਿਹੜੀਆਂ ਭਾਵਨਾਵਾਂ ਜਾਂ ਤੁਸੀਂ ਸਾਡੇ ਦਰਸ਼ਕਾਂ ਨਾਲ ਕੋਈ ਜਿਹੜੀ ਗੱਲ ਸਾਂਝੀ ਕਰਨੀ ਚਾਹੁੰਦੇ ਹਾਂ ਉਹ ਜ਼ਰੂਰ ਦੱਸ ਸਕਦੇ। ਮੈਂ ਸਮੂਹ ਸਾਧ ਸੰਗਤ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ, ਕਿਉਂਕਿ ਸਾਡੇ ਜਿਹੜੇ ਪਿਤਾ ਜੀ ਨੇ ਜਿਹੜਾ ਕੰਮ ਕੀਤਾ ਹੈ, ਦੇਖ ਲਓ ਇਹ ਅਸੀਂ ਹੁਣ ਆਪਣੇ ਇਤਿਹਾਸਿਕ ਦਿਹਾੜੇ ਮਨਾ ਕੇ ਗਏ, ਵੱਡੇ ਸਾਹਿਬਜ਼ਾਦੇ ਔਰ ਛੋਟੇ ਸਾਹਿਬਜ਼ਾਦਿਆਂ ਦੇ, ਹਾਂਜੀ, ਤੇ ਗੁਰੂ ਤੇਗ ਬਹਾਦਰ ਜੀ ਦਾ ਵੀ ਆਪਾਂ, ਤੇ ਉਹ ਕੀ ਕਹਿੰਦੇ ਜਦ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਵਾਸਤੇ ਗਏ ਸੀ ਤੇ ਉਹਨਾਂ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਨੂੰ ਭੇਜਿਆ ਸੀ। ਹਾਂਜੀ। ਤੇ ਮੈਨੂੰ ਯਾਦ ਆ ਜਾਂਦਾ ਉਹ ਟਾਈਮ ਵੀ, ਦੇਖ ਲਓ ਵੀ ਬਾਪੂ ਤ੍ਰਿਲੋਕ ਸਿੰਘ ਨੇ ਪਤਾ ਸੀ ਮੇਰੇ ਪੁੱਤਰ ਨੇ ਸਵੇਰੇ 8 ਵਜੇ ਫਾਂਸੀ ਤੇ ਚੜ ਜਾਣਾ। ਤੇ ਦੂਜੇ ਪਾਸੇ ਸਾਨੂੰ ਪਤਾ ਸੀ ਵੀ ਸਾਡੇ ਪਿਤਾ ਜੀ ਨੇ ਸਵੇਰੇ 8 ਵਜੇ ਕੀ ਕਹਿੰਦੇ ਫਾਂਸੀ ਚੜ ਜਾਣਾ। ਠੀਕ ਹੈ। ਔਰ ਉਹਨਾਂ ਦੋਨਾਂ ਨੇ ਦੇਖੋ ਸਵੇਰੇ ਨਿਤਨੇਮ ਕਰਕੇ, ਪਹਿਲਾਂ ਇਸ਼ਨਾਨ ਕਰਕੇ, ਨਿਤਨੇਮ ਕਰਕੇ, ਉਹਨਾਂ ਨੂੰ ਵੀ ਪਤਾ ਹੋਇਆ ਸੀ ਸਵੇਰੇ। ਅੱਜ ਕੱਲ ਵੈਸੇ ਹੀ ਕਿਸੇ ਨੂੰ ਕਹਿ ਦੇ ਤੈਨੂੰ ਕੈਂਸਰ ਹੈ, ਉਹ ਤਾਂ ਅੱਧਾ ਮਰ ਜਾਂਦਾ ਹੈ। ਔਰ ਇੱਕ ਬੰਦੇ ਨੂੰ ਜਿਹਨੂੰ ਸਵੇਰੇ ਪਤਾ ਵੀ ਮੈਨੂੰ ਸਵੇਰੇ 8 ਵਜੇ ਫਾਂਸੀ ਤੇ ਚੜਾ ਦੇਣਾ, ਤੇ ਉਹ ਸਿਰਫ ਉਹਨਾਂ ਨੂੰ ਗੁਰਬਾਣੀ ਨੇ ਜੋੜਿਆ ਹੋਇਆ ਸੀ ਔਰ ਉਹਨਾਂ ਨੇ ਜਗਾਰੇ ਛੱਡਦੇ ਹੋਏ ਫਾਂਸੀ ਦੇ ਤਖ਼ਤੇ ਵੱਲ ਗਏ। ਹਾਂ, ਮਤਲਬ ਉਹਨਾਂ ਦੇ ਚਿਹਰਿਆਂ ਤੇ ਜਿੱਦਾਂ ਤੁਸੀਂ ਪਹਿਲਾਂ ਮਿਲੇ ਵੀ ਆ, ਵੀ ਕੋਈ ਇਹੋ ਜਿਹੀ ਜਿੱਦਾਂ ਅਦਾਲਤ ਸੀ ਜਦ ਮਿਲੇ ਸੀ ਉਹਨਾਂ ਦੇ ਚਿਹਰੇ ਤੇ ਲਾਲੀਪਨ ਸੀਗਾ, ਕੋਈ ਸ਼ਿਕਵਾ ਨਹੀਂ ਸੀ ਵੀ ਅਸੀਂ ਕੋਈ ਗਲਤ ਕੰਮ ਕੀਤਾ। ਉਹਨਾਂ ਨੇ ਕਿਹਾ ਅਸੀਂ ਪੰਥ ਵਾਸਤੇ ਕੀਤਾ, ਆਪਣੇ ਗੁਰੂ ਧਾਮਾਂ ਦੀ ਰੱਖਿਆ ਵਾਸਤੇ ਕੀਤਾ, ਉਹਦਾ ਬਦਲਾ ਲਿੱਤਾ। ਸਤਵੰਤ ਸਿੰਘ ਉਹਨਾਂ ਨੂੰ ਵੀ ਮਿਲੇ ਸੀ ਤੁਸੀਂ ਫਾਂਸੀ ਤੋਂ ਪਹਿਲਾਂ, ਜਿੱਦਾਂ ਉਸ ਦਿਨ 5 ਤਰੀਕ ਨੂੰ ਜਾਂ ਨਹੀਂ? ਨਹੀਂ, 5 ਤਰੀਕ ਨੂੰ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਾਇਆ ਸੀ ਸਤਵੰਤ ਨੂੰ ਤੇ ਸਾਨੂੰ ਆਪਣੇ ਪਿਤਾ ਜੀ ਦੇ ਨਾਲ। ਅੱਛਾ, ਜਦੋਂ ਪਹਿਲਾਂ ਮਿਲੇ ਹੋਊਗੇ ਸਤਵੰਤ ਸਿੰਘ ਉਹਨਾਂ ਦੀ, ਕੋਈ ਆਖਰੀ ਜਿੱਦਾਂ ਤੁਹਾਨੂੰ ਕੋਈ ਗੱਲ ਜਿਹੜੀ ਚੇਤੇ ਆਉਂਦੀ ਆ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ? ਉਹਨੇ ਲਾਸਟ ਮੈਨੂੰ ਇੱਕ ਗੱਲ ਦੱਸੀ ਸੀ ਵੀ ਕਿ ਕੋਈ ਹੁਣ ਨਾਮ ਵੀ ਭੁੱਲ ਗਿਆ, ਉਹ ਕੇਰਲ ਦੀ ਕੋਈ ਨਰਸ ਸੀਗੀ, ਵੀ ਸਤਵੰਤ ਯਾਰ ਉਹਨੇ ਮੇਰੀ ਬੜੀ ਸੇਵਾ ਕੀਤੀ ਸੀ, ਤੂੰ ਉਹਨੂੰ ਜਾਈ ਕਿ ਉਹਨੂੰ ਮਿਲ ਕੇ ਆਈ ਤੇ ਉਹਨੂੰ ਇੱਕ ਨਾ ਮੁੰਦਰੀ ਦੇ ਕੇ ਆਈ, ਮੇਰੀ ਉਹਨੇ ਬੜੀ ਸੇਵਾ ਕੀਤੀ ਸੀ, ਕਿਉਂਕਿ ਜਦ ਇਹਨਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਤੇ ਇਹਨਾਂ ਨੂੰ ਪਕੜੀ ਦੇ ਕਮਰੇ ਚ ਲੈ ਗਏ ਸੀ ਤੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ, ਭਾਈ ਬੇਅੰਤ ਸਿੰਘ ਸਤਵੰਤ ਸਿੰਘ ਦੇ ਉੱਤੇ ਲੇਟ ਗਿਆ ਤੇ ਉਹ ਉੱਥੇ ਹੀ ਸ਼ਹੀਦ ਹੋ ਗਏ, ਤੇ ਇਹ ICU ਸੀ ਸਤਵੰਤ ਤੇ ਇਹਨੂੰ ਆਪਣੇ ਹੋਸਪਿਟਲ ਦੇ ਵਿੱਚ ਰੱਖਿਆ ਹੋਇਆ ਸੀ ਤੇ ਇਹ ਹੋਸਪਿਟਲ ਚ ਹੀ ਰਿਹਾ ਪੂਰਾ ਮਹੀਨਾ, ਤੇ ਸਾਡੇ ਪਿਤਾ ਜੀ ਨੂੰ ਪੂਰਾ ਮਹੀਨਾ ਟੋਰਚਰ ਕਰਦੇ ਰਹੇ ਵੀ ਤੁਸੀਂ ਦੱਸੋ ਕਿਹੜੀਆਂ ਤਾਕਤਾਂ ਸੀ ਕਿਹੜੀਆਂ, ਤੇ ਬਸ ਉਹੀ ਇੱਕ ਸਤਵੰਤ ਸਿੰਘ ਦੀ ਗੱਲ ਯਾਦ ਆ ਵੀ ਉਹਨੇ ਕਿਹਾ ਸੀ ਤੂੰ, ਮੈਂ ਗਿਆ ਵੀ ਸੀ ਪਰ ਉੱਥੇ ਉਹ ਹੁਣ ਮੈਨੂੰ ਨਾਮ ਵੀ ਨੀ ਧਿਆਨ, ਵੀ ਪਹਿਲਾਂ ਜਦ ਮੈਂ ਗਿਆ ਸੀ ਮੈਨੂੰ ਨਾਮ ਵੀ ਪਤਾ ਸੀ ਪਰ ਉੱਥੇ ਉਹ ਮੈਨੂੰ ਉਹ ਨਰਸ ਮਿਲੀ ਨੀ। ਅੱਛਾ ਅੱਛਾ, ਠੀਕ ਹੈ। ਹਾਂਜੀ, ਮਤਲਬ ਉਹਨਾਂ ਦੀ ਤਮੰਨਾ ਸੀ ਵੀ ਉਹ ਜਿਹੜੀ ਲੇਡੀ ਨੇ ਨਰਸ ਨੇ ਸੇਵਾ ਕੀਤੀ ਆ ਉਹਦਾ, ਜਿਹੜੀ ਸਿਸਟਰ ਹੁੰਦੀ ਹੈ ਨਾ ਉੱਥੇ ਸੇਵਾ, ਉਹਨੇ ਕਹਿੰਦੇ ਆ ਮੇਰੀ ਬੜੀ ਸੇਵਾ ਕੀਤੀ ਵੀ ਉਹਦਾ ਸਨਮਾਨ ਕੀਤਾ ਜਾਵੇ। ਹਾਂਜੀ ਹਾਂਜੀ ਹਾਂਜੀ, ਤੇ ਠੀਕ ਹੈ ਆਪਣੇ ਸਤਵੰਤ ਸਿੰਘ ਜੀ, ਤੁਸੀਂ ਜਿੱਦਾਂ ਬਹੁਤ ਵਧੀਆ ਜਿਹੜੀਆਂ ਗੱਲਾਂ ਯਾਦਾਂ ਜਿਹੜੀਆਂ ਸਾਂਝੀਆਂ ਕੀਤੀਆਂ, ਤੇ ਅਸੀਂ ਵੀ ਅਦਾਰਾ ਵਾਜੇ ਕੌਮ ਵੱਲੋਂ ਇਹੀ ਅਰਦਾਸ ਕਰਦੇ ਹਾਂ, ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਕੌਮ ਦੀ ਲੱਥੀ ਪੱਗ ਸਿਰ ਤੇ ਟਿਕਾਈ, ਤੇ ਅੱਜ ਜਿਹੜਾ ਮਤਲਬ ਦਿਨ ਕੱਲ੍ਹ 6 ਜਨਵਰੀ ਦਾ ਆ ਰਿਹਾ ਮਨਾਇਆ ਜਾ ਰਿਹਾ, ਤੇ ਸ਼ਰਧਾ ਦੇ ਫੁੱਲ ਜਾਂ ਸ਼ਰਧਾਂਜਲੀ ਇਹੀ ਆ ਕਿ ਉਹਨਾਂ ਦੇ ਨਕਸ਼ੇ ਕਦਮ ਤੇ ਉਹਨਾਂ ਤੋਂ ਸੇਧ ਲਈ ਜਾਵੇ, ਤੇ ਤੁਸੀਂ ਆਖਰ ਦੇ ਵਿੱਚ ਮੈਂ ਕੋਈ ਗੱਲ ਨਾ ਪੁੱਛੀ ਹੋਵੇ ਦੱਸਣਾ ਚਾਹੁੰਦੇ ਹਾਂ ਤਾਂ ਦੱਸ ਸਕਦੇ? ਬਸ ਤੁਸੀਂ ਸਭ ਪੁੱਛ ਲਿਆ, ਤੇ ਬਸ ਮੈਂ ਆਖਿਰ ਚ ਇਹੀ ਅਰਦਾਸ ਕਰਦਾ ਵੀ ਉਹਨਾਂ ਦੀ ਯਾਦਗਾਰ ਕੋਈ ਦਿੱਲੀ ਚ ਬਣ ਸਕੇ ਜਾਂ ਫਿਰ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਾਂ ਸਾਡੇ ਪਿੰਡ ਕਿਤੇ ਬਣ ਸਕੇ, ਵੀ ਆਉਣ ਵਾਲੇ ਜਦ ਬੱਚਿਆਂ ਨੂੰ ਲੋਕੀ ਉੱਥੇ ਲੈ ਕੇ ਜਾਣਗੇ ਤੇ ਉਹ ਪੁੱਛਣਗੇ ਵੀ ਕਿਹਨਾਂ ਦੀ ਇਹ ਯਾਦਗਾਰ ਹੈ। ਬਸ ਇਹੀ ਇੱਕ ਬਾਬੇ ਅੱਗੇ ਵੀ ਅਰਦਾਸ ਇਹੀ ਕਰਦੇ ਹਾਂ ਅਸੀਂ ਵੀ ਉਹਨਾਂ ਦੀ ਯਾਦਗਾਰ ਬਣ ਜੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਭਾਈ ਸਤਵੰਤ ਸਿੰਘ ਜੀ। ਦਰਸ਼ਕੋ, ਇੱਕ ਇਹ ਵੀ ਭਾਈ ਸਤਵੰਤ ਸਿੰਘ ਉਹਨਾਂ ਦੇ ਸ਼ਹੀਦ ਭਾਈ ਕੇਰ ਸਿੰਘ ਜੀ ਦੀ
ਜਾਤ ਦੇ ਵਾਸਤੇ ਜਿਹੜੀ ਉਹ ਗੱਲ ਕਰ ਰਿਹਾ ਜ਼ਰੂਰ ਇਸ ਪਾਸੇ ਵੀ ਕੌਮ ਧਿਆਨ ਦੇਣ ਜਥੇਬੰਦੀਆਂ ਜ਼ਰੂਰ ਧਿਆਨ ਦੇਣ ਕਿਉਂਕਿ ਕੌਮੀ ਸ਼ਹੀਦ ਆ ਜੇ ਮਤਲਬ ਉਹਨਾਂ ਦੀ ਯਾਦਗਾਰ ਪਰਿਵਾਰ ਚਾਹੁੰਦਾ ਤਾਂ ਜਿੱਥੇ ਚਾਹੁੰਦਾ ਉੱਥੇ ਉਹ ਜ਼ਰੂਰ ਬਣਨੀ ਚਾਹੀਦੀ ਆ ਉਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਸੋ ਪ੍ਰੋਗਰਾਮ ਦੇ ਵਿੱਚ ਭਾਈ ਸਤਵੰਤ ਸਿੰਘ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦਰਸ਼ਕੋ ਇਹ ਸਨ ਭਾਈ ਸਤਵੰਤ ਸਿੰਘ ਜੀ ਸ਼ਹੀਦ ਭਾਈ ਕੇਰ ਸਿੰਘ ਜੀ ਦੇ ਸਪੁੱਤਰ ਜਿਹਨਾਂ ਨਾਲ ਆਪਾਂ ਗੱਲਬਾਤ ਕੀਤੀ ਆ ਕੱਲ੍ਹ ਭਾਈ ਸਤਵੰਤ ਸਿੰਘ ਅਤੇ ਭਾਈ ਕੇਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆ ਉਹ ਮਨਾਇਆ ਜਾ ਰਿਹਾ ਆ ਅਤੇ ਅਗਵਾਨ ਪਿੰਡ ਦੇ ਵਿੱਚ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਵੀ ਅਤੇ ਦਿੱਲੀ ਦੇ ਗੁਰਦੁਆਰਾ ਮੋਤੀ ਬਾਗ ਦੇ ਵਿੱਚ ਵੀ ਇਹ ਦਿਨ ਜਿਹੜਾ ਮਨਾਇਆ ਜਾ ਰਿਹਾ ਸੋ ਬਹੁਤ ਬਹੁਤ ਧੰਨਵਾਦ ਜੀ ਅਤੇ ਮਿਲਦੇ ਆ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਦੇਖਦੇ ਰਹੋ ਆਵਾਜ਼ੇ ਕੌਮ ਟੀਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ